एआरपी 1550 एएम ते तुहाडा स्वागत है। मैं तुहाडा मेजबान हरजीत सिंह गिल। 12:35 होए ने ते दिन 28 अक्टूबर है, वरा 2021 दा दिन वीरवार है ते 11 कत्तक नानक संबत 553 निघा हार्दिक स्वागत है। अज गलबात कुछ खास खबरां, खबरां तो बाद भारत की सरकार ने किसान संघर्ष के विच उस मोर्चे के विच बाहरले देशों के विच जिन्होंने मजारियां हिस्सा लिया आगू बन के उन्होंने वीजे ते ओसीआई कार्ड जिहड़े ने कैंसल कर दिते, इहदे ते गलबात होएगी। इहदा कारण इहदे ते कौन काम कर सकदा, किहने कराए, किहने लिस्टां दित्तियां, किहड़े बंदियां दे नौं किवें लभे एडे वड्डे इकट्ठ च 5-4 हज़ार बंदे दे विच्चों, ते इहदे नाल की होऊगा। उस देश के खिलाफ तो कुछ नहीं सी गल कर रहे, देश दे विच वध अधिकारां दी गल, किसान इस मसलियां दी गल करदे, इह लोक कि कैटेगरी च पाए ने, इस ते अज गलबात होएगी। क्योंकि बाहरले इन्हां देशां खास तौर ते आ देश च कनेडा दे विच लोक उस जगह नूं अपने देश नूं प्यार करदे ने, हर साल जाना चाहुंदे ने, पर जे उन्हां नूं ढक के तुसीं खूंजे लाउंदे हो ते उन्हां ते इही गल के जिस तरह उत्थे बॉर्डरां ते बैठे किसान ने उस तरह इत्थे गल करदे, उत्थे तां सड़क रोकी, इत्थे तां सड़क भी नहीं रोकदे, तां उहदा कारण की है, इह किधर नूं कहानी की है। उन्हां ते कोई देश दे खिलाफ कोई साजिश दा चार्ज नहीं, कोई उन्हां ने अलग अपने देश की गल नहीं की, उन्हां दे विच कोई इह जिहे नारे नहीं सी जिहड़े देश की आर्थिकता देश की अखंडता दे खिलाफ गल जांदी, उह अपना रोस उह कर रहे सी। तो लिस्ट तां है नहीं, पर उह जिहड़ा मतलब एक कां मार के टंगण वाली गल, उहदा की कारण है। पिछले दिनी जिहड़ा दर्शन धालीवाल नूं मोड़िया गया कि दर्शन धालीवाल भी इस कड़ी का हिस्सा, दर्शन धालीवाल दे अगेंस्ट किहड़िया बंदियां ने काम किया, ਕਿਹੜੇ ਲੋਕ ਨੇ ਉਹ ਜਿਹੜੇ ਇੱਥੋਂ ਫਿਰ ਖਬਰਾਂ ਦਿੰਦੇ ਨੇ ਤੇ ਕਿਹਨਾਂ ਦੀਆਂ ਯਾਰੀਆਂ ਕਿੱਥੇ ਨੇ ਤੇ ਕੌਣ ਸਵਾਦ ਲੈ ਲੈ ਕੇ ਫਿਰ ਗੱਲਾਂ ਕਰਦੇ ਨੇ, ਤੇ ਇਸ ਤੇ ਅੱਜ ਗੱਲਬਾਤ ਹੋਏਗੀ। 1844 ਹਾਲਾਂਕਿ ਦਰਸ਼ਨ ਧਾਲੀਵਾਲ ਨੇ ਕੌਮੀਅਤ ਵਾਲੇ ਪਾਸੇ ਤੇ ਲੋਕਾਂ ਵਾਲੇ ਪਾਸੇ ਸੰਘਰਸ਼ ਦੇ ਸਮੇਂ ਦਰਸ਼ਨ ਧਾਲੀਵਾਲ ਦੇ ਕੋਲ ਸਾਰੇ ਪੋਲੀਟੀਕਲ ਬੰਦੇ ਆਉਂਦੇ ਰਹੇ ਨੇ, ਲੈ ਦਿੱਲੀ ਤੋਂ ਲੈ ਪੰਜਾਬ ਦੇ ਸਾਰੇ ਮਿਨਿਸਟਰ, ਹਾਲਾਂਕਿ ਉਹਨਾਂ ਨਾਲ ਤਾਂ ਬਣਦੀ ਨਹੀਂ ਸੀ ਲੋਕਾਂ ਦੀ ਕੁਰਸੀ, ਇਹ ਵੀ ਆਉਂਦੇ ਹੋਣਗੇ, ਡੀਜੀਪੀ ਆਈਜੀ ਤੇ ਉਹ ਵੀ ਆਉਂਦੇ ਹੋਣਗੇ ਜਿਨ੍ਹਾਂ ਦਾ ਪਤਾ ਨਹੀਂ, ਤੇ ਉਹਨੂੰ ਰੋਕਣ ਦਾ ਉਹ ਕੀ ਕਾਰਨ ਹੈ। ਸੋ ਅੱਗੇ ਇਹ ਲਿਸਟਾਂ ਨੇ ਜਿਹੜੀਆਂ, ਇਹ ਨਵੀਆਂ ਕਿਹੜੀਆਂ ਬਲੈਕ ਲਿਸਟਾਂ ਦਾ ਅੱਗੇ ਬਹੁਤ ਕੰਮ ਚੱਲਿਆ ਤੇ ਇਸ ਤੇ ਅੱਜ ਗੱਲਬਾਤ ਕਰਾਂਗੇ। 1844-1550 ਉਹਨੇ ਨੰਬਰ ਹੈ। ਧਿਆੜੇ ਵਿੱਚ ਰੂਪ ਬਾਹਲੇ, ਧਿਆੜੇ ਵਿੱਚ ਰੂਪ ਬਾਹਲੇ, ਪੁਆਧ ਵਿੱਚ ਕੂਪ ਬਾਹਲੇ, ਦੁਆਬੇ ਅੰਬ ਚੂਪ ਬਾਹਲੇ, ਕੀਮਤਾਂ ਨੇ ਲੈ ਲਈਆਂ, ਰਾਵੀ ਵਿੱਚ ਚੋਰ ਬਾਲੇ, ਮਾਝੇ ਮੱਲ ਜ਼ੋਰ ਬਾਲੇ, ਬਾਹੀਏ ਵਿੱਚ ਖੋਰ ਬਾਲੇ, ਅੱਖਾਂ ਰਹਿਣ ਮੈਲੀਆਂ, ਬਾਰ ਚ ਬਨੋਟੇ ਬਾਲੇ, ਦੰਦੀ ਲੋਕ ਖੋਟੇ ਬਾਲੇ, ਨੈਚ ਬਹਾਉਣ ਝੋਟੇ ਬਾਲੇ, ਹੈਕਰੜ ਪੈਲੀਆਂ, ਥਲੀ ਚ ਟੱਪ ਬਾਲੇ, ਲਈਏ ਰਹਿਣ ਸੱਪ ਬਾਲੇ, ਸ਼ਹਿਰ ਲਾਉਣ ਗੱਪ ਬਾਲੇ, ਅਸੀਂ ਗੱਲਾਂ ਅਸੀਂ ਸੱਚ ਗੱਲਾਂ ਕਹਿ ਲਈਆਂ, ਜੰਗੀ ਰਾਣੇ ਸ਼ਹਿਰ ਤੇ ਬੰਬੀਹੇ ਕਾਨੂੰਨੀ ਬਾਲੇ, ਰਾਇਕ ਲੁੱਚੜ ਤੇ ਭੁੱਖੜ ਲੋਕ ਮਾਨਾ ਦੇ, ਕਾਲ ਝਰਾਣੀ ਵਿੱਚ ਜੂਏ ਦਾ ਬਣਜ ਬਾਲਾ, ਬੀਦੋ ਵਾਲੀ ਬਾਦਲ ਨਗਰ ਖਾਨਦਾਨਾ, ਚੱਕਦਾਨਾ ਅਰਬ ਪੱਧਰ ਲੋਕ ਜੰਡੀਆਂ ਦੇ, ਲੂਲ ਲਾਲ ਬਾਕਸੀ ਨੇ ਗੱਜ ਚੌੜੇ ਜਵਾਨਾਂ ਦੇ, ਬੋਲੀ ਚੱਲ ਸਿਆਣੇ ਲੋਕ ਆਖ ਦੇ ਗਿੱਦੜ ਵਹੇ, ਬੋਲੀ ਚੱਲ ਸਿਆਣੇ ਲੋਕ ਆਖ ਦੇ ਗਿੱਦੜ ਵਹੇ, ਰਜਵਲੀ ਪਿਓਰੀ ਰਜਵਲੀ ਪਿਓਰੀ, ਮਿੱਠੇ ਬੋਲ ਇਨਸਾਨਾਂ ਦੇ, ਚਿਆਲੀ ਜੈਨੇ ਸਹਿਣੇ ਖੇੜੇ ਦੇ ਪਿਆਰ ਖੋਰੇ, ਸਿੱਖ ਵਾਲੇ ਹੁੰਦਰੀ ਸ਼ਿਕਾਇਤ ਲੋਕ ਲੰਮੀ ਦੇ, ਸ਼ਿਕਾਇਤੀ ਲੋਕ ਲੰਮੀ ਦੇ, ਖੁੱਡੀਏ ਜਨਾਨੀਆਂ ਤੜੀ ਰੱਖਣ ਮਾਲਕਾਂ ਤੇ, ਚੰਨੂ ਦੇ ਸ਼ਰਾਬੀ ਨਾ ਫਸਾਦੋ ਥੰਮੇ ਥੰਮੀ ਦੇ, ਰਾਜਬਲੀ ਆਦਮੀਏ ਕਹੀਆਂ ਦੀ ਮਸ਼ਹੂਰੀ ਬਾਲੀ, ਝੱਲੀ ਦੇ ਨੀ ਨਖਰੇ ਪਤੂਹੀ ਖੇੜੇ ਜੰਮੀ ਦੇ, ਸੰਗਤ ਹਸਾਬੀ ਲੋਕ ਜੈਰ ਸਿੰਘ ਵਡਿਆਈ ਖੋਰ, ਜੋਧਪੁਰ ਝਾਗੜੂ ਜ਼ਿਆਦਾ ਗਾੜੂ ਦਾਲਾਂ ਦੇ, ਅਤਰ ਸਿੰਘ ਬਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਲੇ, ਬਾਜ਼ਕ ਮੈਂ ਸ਼ੌਕ ਤੂੰਬੇ ਬੀਨ ਖੜਤਾਲਾਂ ਦੇ, ਨੀਤ ਨੰਗ ਬਾਂਡੀ ਲੋਕ ਫੁੱਲੋ ਦੇ ਗਿਆਨੀ ਬਾਲੇ, ਨੰਦਗੜ੍ਹ ਰੱਜਿਆ ਗੁਰੂ ਕੇ ਮਾਰੇ ਕਾਲਾਂ ਦੇ,
ਧੁਨੇਕਿਆਂ ਦੇ ਲੋਕ ਬੇ ਸ਼ਕਲ ਕੋਲ ਧੁਨੇਕਿਆਂ ਦੇ ਲੋਕ ਬੇ ਸ਼ਕਲ ਕੋਲ ਦੁਨੀਆਂ ਚੋ ਰਜ ਬਲੀ ਚੰਗੇ ਖਾਣ ਪੀਣ ਨੂੰ ਮਹਲਣ ਨਰੂਆਂ ਨੇ ਸਖੀ ਪਿੰਡ ਨਰੂਆਂ ਨੇ ਸਖੀ ਨਵੇਂ ਪਿੰਡ ਦੇ ਨਰਮ ਵਾਲੇ ਬਹਿਮਣ ਤੇ ਸਿਵੀਆਂ ਸ਼ਕੀਨਣ ਜਨਾਨੀਆਂ ਚੁੱਗੀਆਂ ਚ ਬਲ ਵਾਲੇ ਚੱਕ ਦੇ ਮੁਗਦਰਾਂ ਨੂੰ ਬੱਲੂਆਂ ਨੇ ਸੇਠ ਕੁੱਲ ਦੇਸ਼ ਚ ਨਿਸ਼ਾਨੀਆਂ ਘੁੱਦੇ ਵਿੱਚ ਗੱਪੀ ਲੋਕ ਝੁੰਬੇ ਦੇ ਚਹੇਦੀ ਵਾਲੇ ਬਾਬੂ ਹੁੱਕਾ ਪੀਣ ਤੇ ਮੀਂਹ ਦੇ ਲਾਉਣ ਭਾਨੀਆਂ ਪਿਉਣੇ ਲੋਕ ਸੂਰੇ ਮਦਦ ਦੇਣ ਡਾਕੂਆਂ ਨੂੰ ਰਾਜਵਾਲੀ ਲੱਕੜਾਂ ਚਰਾਉਣ ਮੁਲਤਾਨੀਆਂ ਟੰਗ ਵਾਲੀ ਲੌਂਗੋਵਾਲ ਨਾਂਗੇ ਫੂਸ ਮੰਡੀ ਦੇ ਕਮਾਊ ਵਾਲੇ ਗਹਿਰੀ ਲੋਕ ਜ਼ਹਿਰ ਤੇ ਘਲੋਟੇ ਜ਼ਿਆਦਾ ਜੱਸੀ ਦੇ ਕੱਚੀ ਪੁੱਛੋ ਭਾਈ ਕੀ ਕਸ਼ਹਿਰਿਆਂ ਤੇ ਜ਼ੋਰ ਵਾਲਾ ਭਾਗੂ ਦੇ ਸਰੋਤੇ ਉਹ ਰੁੱਖੇ ਜੋ ਲੋਕ ਜੱਸੀ ਦੇ ਬੀਬੀ ਵਾਲੇ ਬਾਲਾ ਦੁੱਧ ਵੇਚਦੇ ਬਾਜ਼ਾਰ ਚ ਸ਼ਮੀਰ ਘਰ ਵੈਲਾਂ ਦਾ ਸ਼ਮੀਰ ਘਰ ਵੈਲਾਂ ਦਾ ਪਿਆਖ ਮਹਿਣੇ ਲੱਸੀ ਦੇ ਰਜਵਾਲੀ ਸੱਤ ਲੈਣਾ ਪੈਂਦੀਆਂ ਬਠਿੰਡੇ ਵਿੱਚ ਰੌਣਕ ਜ਼ਿਆਦਾ ਜਿਉਂ ਭੰਬੋਰ ਸ਼ਹਿਰ ਸੱਸੀ ਦੇ ਕਿੰਗਰੇ ਦਲੇਰ ਮੱਖੀ ਚੂਸ ਨੇ ਥਰਾਜ ਵਾਲੇ ਜੰਮ ਦੇ ਫਲਾਤੂ ਕੁਤਰਨ ਕੰਨ ਸਿਆਣਿਆਂ ਦੇ ਦਾਨੇ ਵਾਲੇ ਮੂੰਹ ਤੇ ਗਰੀਬ ਲੋਕ ਰੱਥੜੀਆਂ ਦੇ ਮੜਕ ਵਾਲੇ ਬਾਲੇ ਵਿੱਚ ਅਬਦੁਲ ਖਰਾਣੇ ਨੇ ਦਿਉਣ ਖੇੜੇ ਖਾਟ ਦੱਬ ਬਾਲੀ ਦੇ ਚਲਾਕ ਵਾਲੇ ਟੱਪੇ ਖੇੜੇ ਚੋਰ ਦੇ ਰਹਿਣ ਦੇ ਵਿੱਚ ਥਾਣੇ ਦੇ ਵੇਚ ਕੇ ਜ਼ਮੀਨਾਂ ਕੁੱਲ ਲਾਰੀਆਂ ਚਲਾਉਣ ਲੱਗੇ ਰਜਵਾਲੀ ਬੜੇ ਬੇਲਿਹਾਜ ਮਾਹੂਆਂ ਦਿਉਣ ਵਾਲੇ ਬਾਹਲੇ ਲੋਕ ਗਿੱਲਾਂ ਦੇ ਮਿਲਣ ਸਾਰ ਹੱਥ ਜੋਗਾ ਆਨੰਦ ਮੈਂ ਖਰਚ ਵੱਲੋਂ ਘੁੱਟੀ ਦੇ ਭੋਖੜੇ ਦੇ ਵਿੱਚ ਬਾਹਲੀ ਪਰਖ ਕਵਿਸ਼ਰੀ ਦੀ ਤੇ ਗੋਬਿੰਦਪੁਰ ਰਹਿ ਆਨੰਦ ਵਾਲੇ ਲੁੱਟੀ ਦੇ ਦਹੀਆਂ ਵਾਲੇ ਦੇ ਦਾਨਿਆਂ ਚ ਧਰਨ ਪੈਰ ਨਹੀਆਂ ਵਾਲੇ ਦੇ ਦਾਨਿਆਂ ਚ ਧਰਨ ਪੈਰ ਕਰਦੇ ਭਜਨ ਦਿਨੇ ਰਾਤ ਝੱਬ ਲੁੱਟੀ ਦੇ ਰਜਵਾਲੀ ਬੜੇ ਗੋਨੇ ਆਣੇ ਦੇ ਸ਼ਰੀਫ ਵਾਲੇ ਛੋਟੇ ਗੋਨੇ ਆਣੇ ਦੇ ਹਮੇਸ਼ਾ ਥਾਣੇ ਕੁੱਟੀ ਦੇ ਜੀਰੇ ਦੇ ਇਲਾਕੇ ਵਿੱਚ ਚੋਰੀ ਦਾ ਰਿਵਾਜ ਵਾਲਾ ਢੱਗੀ ਬੱਚੀ ਹੱਕ ਦੇ ਲੁਕਣ ਵਿੱਚ ਝੱਲਦੇ ਅੰਮ੍ਰਿਤਸਰ ਤੇ ਲਾਹੌਰ ਦੇ ਘਲੋਤੇ ਵਾਲੇ ਘਰ ਘਰ ਪੱਟੇ ਵੇ ਖਾੜੇ ਮੱਲ ਮੱਲ ਦੇ ਲੁਧਿਆਣੇ ਲੱਗਦੇ ਲੰਗੋਜਿਆਂ ਦੇ ਸ਼ੌਕੀ ਵਾਲੇ ਬਾਈਏ ਦੇ ਇਲਾਕੇ ਪਸਤੌਲ ਵਾਲੇ ਚੱਲਦੇ ਸਭ ਉਹਦੇ ਖਿਡਾਰੀ ਝੰਡੀ ਲਿਆਉਂਦੇ ਜਾ ਕੇ ਮਿਲਿਆ ਤੋਂ ਰਜਵਾਲੀ ਬਾਗੜੀ ਪਿਆਰੇ ਢੋਲ ਢੱਲਦੇ ਭਾਈਕਿਆਂ ਦੇ ਕੇਰੇ ਵਿੱਚ ਪੈਂਦੇ ਲਿਬਾਸ ਸੋਹਣੇ ਤੇ ਰਸੂਲਪੁਰ ਚ ਬਸਣ ਲੋਕ ਭਲੇ ਜੇ ਮਾਨੀ ਖੇੜੇ ਠੱਗ ਸੁਖ ਚੈਨ ਚ ਲੰਗਾੜੇ ਵਾਲੇ ਸੀਤੋ ਲੋਕ ਖੂਨੀ ਤੇ ਮਗਦਪੁਰ ਚੱਲੇ ਛਾਪਿਆਂ ਵਾਲੀ ਵਾਲੇ ਗੱਲ ਆਖ ਕੇ ਮੁੱਕਰ ਜਾਂਦੇ ਮਿੱਠੇ ਗਲੜੀ ਬੁਰਜ ਕੋਲਿਆਂ ਵਾਲੀ ਲੰਮ ਗਲੇ ਜੇ ਕੰਗਣ ਖੇੜੇ ਕਾਮੇ ਫੁੱਲੋ ਖੇੜੇ ਦੇ ਮਲਾਪੀ ਬਾਬੂ ਸ਼ਾਮ ਖੇੜੇ ਢੱਗੇ ਹੱਕ ਲਿਆਉਂਦੇ ਦਿਨ ਟਲੇ ਜੇ ਕੰਦੂ ਖੇੜੇ ਨਾਲ ਬੀਕਾਨੇਰ ਦੀ ਸਰਹੱਦ ਲੱਗੇ ਕੋਰਾ ਰੇਤਾ ਉੱਡਣਾ ਵਗਣ ਜਦੋਂ ਨੇਰੀਆਂ ਫੱਤੇ ਕੇਰੇ ਹਾਕੂ ਬਾਲ ਵਾਲੇ ਉੱਚੀਆਂ ਜ਼ਮੀਨਾਂ ਜ਼ਿਆਦਾ ਪਾਣੀ ਘੱਟ ਲੱਗਦਾ ਲਗਾਉਂਦੇ ਲੋਕ ਬੇਰੀਆਂ ਘੁਮਿਆਰਿਆਂ ਤੇ ਲੋਹਾਰਾ ਪਿੰਡ ਤੀਸਰਾ ਭੁੱਲਰ ਵਾਲਾ ਘੋੜੀਆਂ ਦੇ ਸ਼ੌਕ ਪਾਲਦੇ ਵਛੇਰੀਆਂ ਮਿੱਡੂ ਖੇੜੇ ਲੋਕਾਂ ਕੋਲ ਖੁੱਲੀਆਂ ਜ਼ਮੀਨਾਂ ਬਹੁਤ ਮਹਿੰਗੇ ਭਾਗੂ ਜਵਾਨ ਬਾਬੂ ਫੇਕ ਦੇ ਪਸੇਰੀਆਂ ਮੋਢੀ ਤੇ ਖੁੱਬਣ ਵਿੱਚ ਜੋੜਿਆਂ ਦੀ ਜ਼ਮੀਨ ਵਾਲੀ ਆਪ ਰਹਿੰਦੇ ਸ਼ਹਿਰ ਬਖਤਿਆਰ ਪਿੰਡੀ ਛੱਡੇ ਹੈ ਖੇਮੇ ਖੇੜੇ ਹਨਗੇ ਸ਼ਿਕਾਰੀ ਵਾਲੇ ਮਿਰਗਾਂ ਤੇ ਕੁੱਤਿਆਂ ਵਾਲੀ ਪਿੰਡ ਬਣੇ ਧੱਕੜਾਂ ਦੇ ਅੱਡੇ ਆ ਕਰਮਾਲੇ ਪਿੰਡ ਵਿੱਚ ਰਕਬਾ ਬਰਾਮੀ ਵਾਲਾ ਪਿੰਡ ਦੇ ਨਜ਼ਦੀਕ ਟਿੱਬੇ ਦੀ ਦੇ ਵੱਡੇ ਹੈ ਕੱਖਾਂ ਵਾਲੀ ਲੋਕ ਬਾਬੂ ਮੱਝਾਂ ਦੇ ਵਪਾਰੀ ਵਾਲੇ ਰੋੜਾਂ ਵਾਲੀ ਮਾਨਾ ਕੋਲੋਂ ਬੜੇ ਸੋਹਣੇ ਗੱਡੇ ਆ ਸਿੰਘ ਵਾਲੇ ਜਵਾਨ ਹੁੰਦੇ ਭਾਰਤੀ ਪੁਲਿਸ ਵਿੱਚ ਨੌਕਰੀਆਂ ਕਰਨ ਤਨਖਾਹਾਂ ਲੈਂਦੇ ਚੰਗੀਆਂ ਫੀਮੀ ਭੰਗੀ ਪੋਸਤੀ ਗੱਗੜ ਦੇ ਜ਼ਿਆਦਾ ਲੋਕ ਕਰਦੇ ਕਮਾਈਆਂ ਘੱਟ ਰਹਿ ਘਰੇ ਰਹਿਣ ਤੰਗੀਆਂ ਮਿੱਠੜੀ ਦੇ ਲੋਕ ਹੂੰ ਤਾਂ ਸ਼ਹਿਰੀ ਦੇ ਸ਼ੌਕੀਨ ਵਾਲੇ ਪੈਸੇ ਦੇਣ ਵੇਲੇ ਜੇਬਾਂ ਘੁੱਟ ਲਈਆਂ ਢੰਗੀਆਂ ਕੋਟਲੀ ਦੇ ਲੋਕ ਜ਼ਿਆਦਾ ਹੀਰ ਦਾ ਸੁਣਨ ਗੌਰ ਬਾਬੂ ਜੀ ਦੁਸਹਿਰੇ ਵੇਲੇ ਗੂੰਜਣ ਸੁਰੰਗੀ ਠੱਠੀ ਤਰਖਾਣਾ ਵਾਲੇ ਜਿਹਦੇ ਸੋਹਣੇ ਜਵਾਨ ਵਾਲੇ ਤੇ ਬੰਬੀਹੇ ਗਿਆਨ ਵਾਲੇ ਹੁੰਦੇ ਬਹਿ ਕੇ ਸੱਤਾਂ ਚ ਸੇਖਿਆਂ ਦੇ ਕਮਾਊ ਵਾਲੇ ਬੁਰਜ ਸੰਘਾਊ ਵਾਲੇ ਬਾਂਦਰ ਲੜਾਊ ਵਾਲੇ ਡਾਂਗਾ ਰਹਿਣ ਹੱਥਾਂ ਚ ਮੱਲ ਕੇ ਸ਼ਕੀਨ ਵਾਲੇ ਬੁਰਜ ਦਾਰੂ ਪੀਣ ਵਾਲੇ ਬਰਗਾੜੀ ਪੀਣ ਵਾਲੇ ਪੱਤੇ ਪੈਣ ਨੱਥਾਂ ਚ ਸਿਵੀਆਂ ਚ ਸੜੇ ਵਾਲੇ ਮਾੜੀ ਪਿੰਡ ਧੜੇ ਵਾਲੇ ਸਾਹੋ ਪਿੰਡ ਪੜੇ ਵਾਲੇ ਬਾਬੂ ਰਹਿੰਦੇ ਰੱਥਾਂ ਚ ਮੋਗੇ ਤੋਂ ਉੱਪਰ ਲੈ ਕੇ ਪਹਿਲਾਂ ਸ਼ਹਿਰ ਦੇਸ਼ਾਂ ਦੀ ਆਪਣੇ ਸਾਰਿਆਂ ਦੀ ਕੀਤੀ ਗੱਲ ਬਾਬੂ ਜੀ ਨੇ ਤੇ ਫੇਰ ਮੋਗੇ ਤੋਂ ਲੈ ਕੇ ਉੱਪਰ ਤੱਕ ਘੁੰਮਿਆ ਹੈ ਪੁਆਧ ਦੀ ਗੱਲ ਹੈ ਦੁਆਬੇ ਦੀ ਗੱਲ ਹੈ ਰਾਵੀ ਦੀ ਗੱਲ ਹੈ ਮਾਝੇ ਦੀ ਗੱਲ ਹੈ
बस हो गई संघा साहब हले कहते होर सुनाओ। खबर आ रही है कि साडे मुख्यमंत्री जॉन हॉर्गन दे नूं एक ने एक सर्जरी करवानी है गल दे विच, उन्हां दे एक ट्यूमर 62 साल दी उम्र है ते सर्जरी फ्राइडे नूं होनी है। लंप है थोड़ा जी जिहड़ी छोटी जी गंढ कह दिओ तुसीं गले च, ते अज न्यूज कॉन्फ्रेंस हुई है। माइक फार्मवर्थ डिप्टी प्रीमियर के तौर पर रहेंगे। बिनाई एक किस्म का यह ट्यूमर है, रसौली है, बिनाई है जोड़ा वह आले दुआले नहीं बड़ा बढ़ता, बड़ा कोई खतरे वाली नहीं गल। बायोपसी सर्जरी कल है, फिर पता लगू कि एग्जैक्टली की है। पहला भी एक कैंसर होया सी ब्लैडर का, मसाने का कैंसर होया सी 2008 च, कैंसर फ्री हो गई थी सर्जरी तो बाद। हुण यह नवी गल जिहड़ी होई जिहड़ी ना विक्टोरिया दे विच जिहड़ी सुल बिल्ड पता लग रही सी, तेजी बहुत हो रही सी, लीडरशिप दीआं गल्लां चल रही सी, फोटोआं ते कई लीडर महसूस कर रहे सी अपने आप नूं, कईआं नूं शिंगारिया जा रहा सी, घोड़े नूं काठी गुठी पाई जा रही सी। उह च लगदा वी यार हो की रहा, हुण तां साल होया प्रीमियर फिट है, लकॉस खेलण वाला बंदा है, ते उस तों बाद आईलैंड ते बहुत जिथे साउथ स्प्रिंग आईलैंड घर है, ते हुण तां चलो विक्टोरिया रहिंदे आ। उसते गल की हो रही है पता नहीं सी लग रहा, तो इहदे ते हुण इह गल निकली है बाहर भाई आ कहानी है असल कहानी। आयरलैंडर ने बेसिकली, आयरलैंड के लोग बड़े जंगजू ने पंजाबियों को, कहनी ते करनी दे पूरे हुंदे है। तो जॉन हॉर्गन की यह खबर है जिहड़ी जंगल की अग वांगू फैली है, क्योंकि पहला भी एक बार कैंसर होया मसाने का, हुण गल की जिहड़ी गंढ है बायोपसी तो बाद पता लगू इहदे च की है। कोई अहिजा तां नहीं कोई मुश्किल जिहदे च कोई रेडिएशन ते जाना पऊ जां कोई कीमो वगैरह करनी पऊ, इहदा नौं माड़ा है। मैनूं याद आ पिंड च बीबियां इहदा नौं नहीं सी लैंदियां, उहदा भाई उह हो गया जिहदा नौं नहीं लईदा पुत्त, ऐं कहिंदियां हुंदी नौ माड़ा है चीज का पुत, यह नौ नहीं लेता हूं। 1982 पहला पिंड दे विच मैं वेख्या सी, मेदे का या ढिड दे विच पता नहीं, हुण जद तक पता नहीं सी ट्यूमर होया सी, अपने सके परिवार दे विचों सकियां चों, ते बड़ा वो पहला ही महिला का एरिए दे विच होगा केस, 40 साल पर पहला कैंसल है, कई जन दरवाजे बैठे कैंसल का फोड़ा है, यह फोड़ा माड़ा हों, कैंसल का फोड़ा हो गया भाई, यह किवें सूत हो। सो ये जॉन हॉर्गन उन्होंने, क्योंकि जिहड़ी ना नकलो हरकत महसूस कर रहे थे भी विक्टोरिया हो रहा कुछ इजी हो रही है, जिहड़ियां फोटो फाटो ते वड्डे प्रोजेक्टां दे विच बंदे होर आ रहे ने, खड़ना किसी नूं होर चाहिए सी, प्रीमियर तो बिना बड़िया अनाउंसमेंट्स जिहड़ियां हो रही हैं, हो की रहा है बंदे सोच रहे से, कहिंदे शिंगार रहे ने, कोई कहिंदा ना ना अगली 24 वाली इलेक्शन आप लड़ूगा ऑर्गन, कोई कहिंदा नहीं नहीं अगली इलेक्शन नहीं लड़दा। ये रेस है जिहड़ी मित्रों, इहदे तां मिद के लंघना पैणा तुहानूं, इह फेथफुलनैस सी उहदे बाद नाल असीं तेरे खड़ जांगे असीं, ये नहीं गल, इत तो कहानी है भाई पिछे पिछे जदों तक यह तुरदा बंदा, जब तक उन्हों मूहरे बंदा सीधा तिखा तुरदा, पैर घोड़े वांगू मारदा अड़ब घोड़े वांगू थड़ैक थड़ैक सुंब खड़कते, जे उन्हों पिछले नूं लगे भी यह तो हुण ढीचक मार लग गया, गोडे का कलीस मुक गया, फिर वह कहना भी हो पिछे फिर हूं मैनूं तो तुरन दे भाई, मैं तो गाह आना, सब फिर चक जाते हैं असिस्टेंट असुसटेंट जिहड़े ने मूहरले रोल आ जाते, पर जिगरा चाहिए झोला चकना भी बहुत साल बहुत औखा है, बड़े काम ने झोला चक काम जिहड़ा बहुत औखा है। तो प्रीमियर जॉन हॉर्गन
ਸਿਹਤਯਾਬ ਹੋਣ, ਇਹਦੇ ਲਈ ਅਰਦਾਸ ਹੈ ਤੇ ਚੜ੍ਹਦੀ ਕਲਾ ਚ ਰਹਿਣ। ਮੁੱਖ ਮੰਤਰੀ ਹੈ ਸਾਡੇ ਸੂਬੇ ਦਾ ਤੇ ਬਾਕੀ ਮੁੱਖ ਮੰਤਰੀ ਤੋਂ ਵੀ ਉੱਪਰ ਇਨਸਾਨ ਦੇ ਤੌਰ ਤੇ ਇਨਸਾਨ ਨੂੰ ਇਨਸਾਨ ਦੀ ਬਿਹਤਰੀ ਦੇ ਲਈ ਸਿਹਤਯਾਬੀ ਲਈ ਸਦਾ ਹੀ ਅਰਦਾਸ ਕਰਨੀ ਚਾਹੀਦੀ ਹੈ। ਜਗ ਤੋਂ ਜਗ ਉਹਨਾਂ ਦੇ ਵਿਆਹ ਹੋ ਗਏ, ਭਿੰਦਰ ਨੂੰ ਕਹਿੰਦੇ ਉਹ ਬਾਪੂ ਕਹਿੰਦਾ ਹੋਊ, ਕਹਿੰਦਾ ਤੂੰ ਅੱਜ ਮੋਟਰ ਤੇ ਪਾਣੀ ਲਾਇਆ ਮੈਂਗਾ, ਉਹ ਕਹਿੰਦਾ ਮੈਨੂੰ ਭਾਈ ਠੰਡ ਬਹੁਤ ਲੱਗਦੀ ਹੈ, ਤੁਸੀਂ ਰਹਿਣ ਦੋ ਬੰਦਾ ਮੈਂ ਢਿੱਲਾ ਹੋ ਜੂ। ਉਹ ਕਹਿੰਦਾ ਨਾ ਨਾ ਅਸੀਂ ਤਾਜ਼ਾ ਵਿਆਹ ਹੋਇਆ ਯਾਰ, ਅਸੀਂ ਰਾਤਾਂ ਨੂੰ ਤੁਰਦੇ ਫਿਰਦੇ ਚੰਗੇ ਲੱਗਦੇ ਹਾਂ, ਤੂੰ ਜਾ। ਕਹਿੰਦਾ ਅੱਛਾ ਵੀ ਭੇਜੋਗੇ? ਹਾਂ ਜਾਣਾ ਪਊਗਾ, ਐ ਤਾਂ ਬਹੁਤ ਔਖਾ, ਚੰਗਾ ਨੀ ਲੱਗਦਾ, ਬਗਾਨੀ ਧੀ ਘਰੇ ਆਈ ਆ, ਮੈਂ ਬਾਹਰ ਫਿਰਾਂ ਤੂੰ ਘਰੇ ਪੈਣਾ, ਇਹ ਨੀ ਗੱਲ। ਭਾਬੀ ਵੀ ਕੋਲ ਖੜੀ ਕਹੀ ਜਾਵੇ ਜਾ ਆ ਤੂੰ ਘਰੇ ਕੀ ਕਰਨਾ ਹੁਣ, ਕਹਿੰਦਾ ਐ ਕਰੋ ਕਹਿੰਦਾ ਫਿਰ ਠੰਡ ਕਿੰਨੀ ਕੁ ਹੋਣੀ ਅੱਜ ਰਾਤ ਨੂੰ? ਕਹਿੰਦਾ ਠੰਡ ਤਾਂ ਜਿੰਨੀ ਕੁ ਹੋਣੀ ਆ ਉਨੀ ਕੁ ਹੋਣੀ ਆ, ਉਹ ਮਾਘ ਦੀ ਕਿੰਨੀ ਕੁ ਠੰਡ ਹੁੰਦੀ ਹੈ? ਕਹਿੰਦਾ ਐ ਕਰੋ ਫਿਰ ਮੈਂ ਤਾਂ ਤਿਆਰੀ ਕਰਾਂ ਹੁਣ, ਠੰਡ ਬਹੁਤ ਲੱਗਦੀ ਸੀ ਉਹਨੂੰ, ਇੱਕ ਉਹਦੇ ਕੁਟਕੁਟੀਆਂ ਬਹੁਤ ਲੱਗਦੀਆਂ, ਜੇ ਅਸੀਂ ਉਂਗਲਾਂ ਸਿੱਧੀਆਂ ਕਰਨੀਆਂ ਮੈਂ ਉਹਦੇ ਬੰਨ, ਉਹਦੇ ਰੌਲਾ ਪਾਉਣਾ ਜਿਵੇਂ ਉਹਦੇ ਸੇਲੇ ਲੱਗਦੇ ਹੁੰਦੇ, ਉਹ ਮੈਂ ਮਰ ਗਿਆ, ਉਹ ਪੱਟਿਆ ਗਿਆ, ਨਾਲੇ ਉਂਗਲ ਦੂਰ ਹੁੰਦੀ ਸੀ, ਔਰ ਜੋ ਆਉਣਾ ਜੇ ਉਹਨੂੰ ਦੇਖ ਲੈਣਾ ਉਹਨੂੰ ਮੈਂ ਉਂਗਲ ਖੜੀ ਕਰਨੀ, ਉਹ ਤੂੰ ਰਹਿਣ ਦੇ ਮੇਰੇ ਸਾਧੂ ਜੀ ਮੇਰੇ ਨਾਲ ਚਾਚੇ ਦੂਰੋਂ ਖੜਾ ਹੀ, ਜਿਵੇਂ ਆਰ ਤੋਂ ਬਲਦ ਡਰਦਾ ਉਹਨੇ ਐ ਖੜ ਜਾਣਾ ਉਹਨੇ, ਨਾਲੇ 2 ਫੁੱਟ ਦੂਰ ਖੜ ਕੇ ਹੀ ਉਹਦੇ ਵੱਲ ਉਂਗਲ ਕਰਨੀ। ਉਹ ਕਹਿੰਦੇ ਇਉਂ ਕਰੋ ਫਿਰ ਲੈ ਕੱਢ ਜਰਾਬਾਂ ਜਰੂਬਾਂ, ਹੁਣ ਜਰਾਬਾਂ ਤਾਂ ਖਾਸ ਹੁੰਦੀਆਂ, ਜਰਾਬਾਂ ਕਿੱਥੇ ਪਿੰਡਾਂ ਚ ਹੁੰਦੀਆਂ? 2 ਜਰਾਬਾਂ ਦੇ ਜੋੜੇ, 2 ਪਜਾਮੇ, 2 ਝੱਗੇ, ਥੱਲੇ ਦੀ ਬਾਸਕਟ, ਉੱਪਰ ਦੀ ਕੋਟ, ਇੱਕ ਕਹਿੰਦਾ ਫੌਜੀਆਂ ਵਾਲਾ ਕੋਟ ਵੀ ਦੇ ਦੇ, ਉਹ ਬੜਾ ਸਾਰਾ, ਸਿਰ ਤੇ 3 ਪੱਗਾਂ, ਫਿਰ ਝੁੰਮ ਬਣਾ ਲਿਆ ਗਾਹਾਂ ਗੋਲ ਕਰਕੇ ਖੇਸੀ ਦੇ ਵਿੱਚ ਨਿਕਲਦਾ, ਕਹਿੰਦਾ ਆਂਡੇ ਵੀ 6 ਵਾਰ ਦੋ, ਹਾਂਜੀ ਆਂਡੇ ਵਾਰ ਦੋ, ਦੁੱਧ ਚ ਬਖਿਆਲ ਪਾ ਦੋ, 3 ਝੰਡ ਗਿਆ ਉੱਥੇ ਬੈਠਾ, ਗਿਆ ਚੰਗਾ ਫਿਰ ਪਾ ਦੇ ਲਾ ਦੁੱਧ ਵੀ ਦੇ ਨਾਲ, ਉੱਥੇ ਰਾਤ ਨੂੰ ਚਾਹ ਬਣਾਉ, ਜਦ ਬਾਹਰ ਨੂੰ ਨਿਕਲਿਆ ਰਾਤ ਨੂੰ 10 ਵਜੇ ਹੱਥ ਚ ਗਲਾਸਾ ਫੜਿਆ, ਪੈਰ ਬਾਹਰ ਪਾ, ਕਹਿੰਦਾ ਬਹੁਤ ਠੰਡ ਆ ਵੇ ਮੈਂ ਨੀ ਜਾਂਦਾ, ਮੁੱਕਰ ਗਿਆ, ਕਹਿੰਦਾ ਮਰ ਜਾ ਗਿਆ ਉਹ ਬਹੁਤ ਠੰਡ ਆ, ਮੈਂ ਮਰ ਅੰਦਰ ਦੀ ਰਜਾਈ ਚ। ਇਹੋ ਹੀ ਗੱਲ ਆ ਵੀ ਆਹ ਜਿਹੜਾ ਸਾਡੇ ਨਾਲ ਹੋ ਰਿਹਾ, ਅਸੀਂ ਤਾਂ ਖੜਕਵੇਂ ਵੈਦਰ ਵਾਲੇ ਬੰਦੇ ਆ, ਪਹਿਲਾਂ ਪੰਜਾਬ ਫਿਰ ਮਸਕਟ 7 ਸਾਲ 8 ਸਾਲ 40-45 degree 48 ਦੇ ਵਿੱਚ ਸਿਰ ਵਾਲਾ ਪਸੀਨਾ ਪੈਰਾਂ ਨੂੰ ਆਉਂਦਾ ਸੀ, ਉੱਥੇ ਰਹਿਣ ਵਾਲੇ ਬੰਦੇ ਆ, ਮੀਂਹ ਉਹ ਨੀ ਹਟਦਾ, ਅਰੇ ਤਾਂ ਫਿਰ ਅੰਦਰ ਬੈਠੇ ਜਦ ਟੈਕਸੀ ਚਲਾਉਂਦੇ ਸੀ ਨਾ, ਵੀ ਮਿੱਤਰਾ ਤੂੰ ਛੱਡ ਇਹ ਗੱਲ ਦੇ, ਜੇ ਮੂਹਰਲੇ ਸ਼ੀਸ਼ੇ ਵਾਲੀ ਜਿੱਥੋਂ ਧੁੰਦ ਜੇ ਹੋ ਜਾਂਦੇ, ਜੇ ਉਹਦੇ ਵਾਲਾ ਪੱਖਾ ਲਾਉਣੇ ਆ ਤਾਂ ਮੂੰਹ ਨੂੰ ਭਾਫ ਆਉਂਦੀ, ਜੇ ਉੱਥੇ ਪੱਖਾ ਨੀ ਲਾਉਂਦੇ ਤਾਂ ਮੂਹਰੇ ਭਾਫ ਆਉਂਦੀ ਆ, ਫਿਰ ਗੱਡੀ ਨੀ ਚੱਲਦੀ, ਪਿੱਛੇ ਬੈਠਾ ਕੇ ਅੰਗਰੇਜ਼ੀ ਬੋਲੀ ਜਾਂਦਾ ਹੁੰਦਾ ਜਿਹੜਾ ਚੀਨ ਤੋਂ ਆਇਆ, ਯੂ ਨੋ ਸਪੈਸ਼ਲ, ਉਹ ਕਹਿੰਦਾ ਸਵਾਰ ਕੇ ਦੱਸ, ਫਿਰ ਉਹ ਕਹਿੰਦਾ ਮੈਂ ਡਾਇਰੈਕਸ਼ਨਾਂ ਦਊ ਤੈਨੂੰ, ਗੱਟ ਲੈਫਟ। ਇੱਕ ਉਹਦਾ ਐ ਹੁੰਦਾ ਵੀ 2 ਘੰਟੇ 2.5 ਹੋ ਗਏ ਮਸਾਂ ਟ੍ਰਿਪ ਮਿਲਿਆ ਤੇ $5-7 ਵਾਲਾ, $7 $0.80 ਚੱਲੇ ਹੋਣੇ, 8 ਫੜਾ ਕੇ ਉਹਨੇ ਕਹਿਣਾ ਕੀਪ ਦਾ ਚੇਂਜ, 20 ਸੈਂਟ ਦੇ ਕੇ ਬਹੁਤ ਖੱਜਲ ਕਰਦੇ ਨੇ। ਫਿਰ ਉਹਦੇ ਬਾਅਦ ਟੈਚੀ ਜਾਂ ਰੁੜੇ ਆਉਂਦੇ ਨੇ ਉਹਨਾਂ ਦੇ, ਤਾਂ ਐਂ ਲੱਗਦਾ ਵੀ ਇਹ ਵੱਜਣੇ ਨੀ, ਜਿਹੜਾ ਉਹਦੇ ਪਾਉਂਦਾ ਨਾ ਹੱਥ ਹੈਂਡਲ ਨੂੰ ਉਹਨੂੰ ਪੁੱਛ ਲਾ ਵੀ ਧਰਨਾ ਜਿਹੜੀ ਉਹ ਕੌਡੀ ਵਾਲੀ ਜਗ੍ਹਾ ਆ ਜਾਂਦੀ ਆ ਉੱਪਰ, ਹਊਆ ਕਹਿ ਕੇ ਜਦ ਸਿੱਟਦੇ ਉਹਨੂੰ, ਉੱਪਰੋਂ ਮੀਂਹ ਪੈਂਦਾ ਬੁਰੇ ਹਾਲ, ਜੇ ਆਥਣ ਤੱਕ ਪੱਗ ਭਿੱਜ ਜਾਂਦੀ ਬੰਦੇ ਦੇ ਪਿੱਪੜਾਂ ਤੇ ਪੱਗ ਆ ਜਾਂਦੀ, ਕਿਤੇ ਟੈਕਸੀ ਚਲਾਉਣੀ ਸੌਖੀ ਥੋੜਾ, ਫਿਰ ਹੱਥ ਨੇ ਸ਼ਰਾਬੀ ਢੋਣੇ, ਕਿਸੇ ਨੇ ਇੱਧਰ ਚੰਗੇ ਦਿਨ ਹੋਣੇ ਨਿਊ ਈਅਰ ਈਵ ਤੇ ਨਵੇਂ ਸਾਲ ਤੇ, ਉਧਰੋਂ ਭੱਜਣਾ ਉਹ ਨਿਊ ਈਅਰ ਆਵਾਗੀ ਕ੍ਰਿਸਮਸ ਈਵ ਆ ਗਈ, ਭੱਜ ਲਓ ਤੇ ਉਹਨਾਂ ਦੇ ਜਦ 2-2, 3-3 ਲੱਖ 4-4 ਲੱਖ ਦੀਆਂ ਜ਼ਿੰਦਗੀ ਦੀ ਕਮਾਈ ਜ਼ਿਆਦਾ ਖੁਰੀ ਆ ਨਾ, ਉਹ ਬਹੁਤ ਦੁੱਖ ਦੀ ਕਹਾਣੀ ਆ। ਤੁਸੀਂ ਲਿਆਓ ਉਹਨਾਂ ਨੂੰ ਪੁੱਛੋ, ਜਿਹੜਾ ਬੈਠਾ ਸੈਨ ਫ੍ਰਾਂਸਿਸਕੋ ਉੱਪਰ ਵਾਲਾ, ਉਹਨੂੰ ਪੁੱਛ ਵੀ ਤੈਂ ਕੀ ਲਾਇਆ ਉਹਦੇ ਚ, ਲੱਗੀ ਦੀਵਾਨੀ ਤੇਰੀ, ਮਲਾਈ ਲਾਉਣਾ ਤੂੰ ਆ ਗਿਆ, ਤੇ 50 ਸਾਲ ਦੇ ਜਿਹੜੇ ਲਏ ਫਿਰਦੇ ਗੱਡੀਆਂ ਜਿਹੜੀਆਂ ਪੁਲਿਸ ਦੀਆਂ ਕੱਢੀਆਂ ਹੁੰਦੀਆਂ ਸੀ ਕੈਪਰੀਆਂ ਪੁਰਾਣੀਆਂ, ਉਹਦਾ ਜੇ ਕਿਤੇ ਜੈਕ ਲਾਉਣਾ ਪੈ ਜਾਵੇ, ਟਾਇਰ ਖੋਲ ਕੇ ਬਦਲਣਾ ਪੈ ਜਾਵੇ, ਬੰਦੇ ਨੂੰ ਪੁੱਛ ਲੈ ਕੀ ਹੁੰਦਾ, ਸਾਰੇ ਪਾਸਿਓਂ ਕਾਲਾ ਹੋ ਜਾਂਦਾ ਸੀ।
पिछे जेड़ा प्रोपेन लाउणी ते उहदा वजन किन्ना ते इह बहुत औखियां बंदियां ने लीज लीज तो बाद 25% 25 तो 50 50 तो मसा उन्होंने जिंदगी की कमाई ला ला के वो लिया। तुसीं लिया उबर जिहड़े उन्होंने पैसे लाए ने वह दो उन्होंने क्या चको बी तुहानू इन्ने दिने ते हुण उबर आ जा आ गई। उबर वाले का की जोर आ भी इत्थे उबर वाले ने साडे सूबे साडे शहर लई की कीता। ठीक है नौकरी मिल गई मेरे को ना हो मैं उबर की प्लेट लैके चलाई फिर मैं भी खुश हाँ। मैं नहीं जो बंदे काम करते मैं उन्हां दी नहीं गल करता वैल विशेज ने जिंदगी तुसीं शुरू की एक कार घर ले भी है थोड़ी उही कार नाल रोटी कमाउंदे मैं नाल हां थोड़े जिन्हें जिंदगी स्टार्ट की। पर फिर जिहड़े 40 साल दे तुरे फिरदे आ 30 साल हो गए 35 ते बुरे हाल हो गए लक घूम गए जिवें सेंटर बोल टुटिया हुंदा ले लैण गड्डी दा पिछों किसे पासे नूं जांदे ने मूहरों किसे पासे नूं जांदे ने कितें सौखा बाईपास सर्जरियां स्टेंट पै गए ते क्योंकि बहना ही नहीं ज्यादा 3-3 घंटे तो पंजाबियों के कहने को वाशरूम रोक के रखते हैं की करन हुण उह की करन जिंदगी की कमाई उन्होंने लाई हुई 4-4 5-5 लख जीरो हो गया कोई 40,000 दिता कोई 50,000 जमीना है चलो ज्यादा जिहड़ी प्रॉपर्टी किसी को हैगी पर मैं अज रिटायर होना मैं अज उत्त निकलना मेरे लिए प्रॉपर्टी बेच देंगे नहीं बेचनी उन्होंने वह कहते जिदन बेचा उदन तेन दे देंगे हिस्सा पर मेरी तो जिंद अज टंगी हुई है ना खूंटी से मेरे को रिटायरमेंट का समा नहीं रहा किसी को मेरी जिंदगी की कमाई है मैं 5 लाख की 5 बेच के चल कि मॉर्गेज दे दूं 8-10% तो मैं 50,000 साल का आने लग गई मैं बल्ले बल्ले हूं विक नहीं रही तो विकनी भी नहीं महंगी नहीं होनी वह यह तो ठीक है उबर वधिया जद बंदा पुराने तो नवे भी आप कि कंपीटिशन कर सकता नवे क्यों आ जाए असं पुराने किधर जाइए पर इस केस के भाईचारा भी इस गल त्याग ना ना यह टैक्सी वाले खूंजे लाओ मीडिया नचदा रहा एक लत से उबर आवे जी उबर उबर बहुत चंगी है उबर यू नो उबर बहुत वधिया है प्रो लिबरल पूरा ठोक के कैंपेन 2 महीने हूं NDP वाले का हेज है मफलर गल च पा के NDP वाले वधिया लगते हूं यह जे NDP वाले है मेरे कहने का मतलब यह है बी ये जिहड़ा सौखा हो गया सस्ता भी हो गया मान लो सस्ता खुल खेड दे विच सस्ता जिदन बिजी हुंदा उदन देखो कि सस्ता किन्ना पर जिन्होंने जिंदगी लाई घर दियां लाइन बैल्टा चक चक के टैक्सियां लईयां पूरी बनाई वह हुण किधर नूं जाण उन्हां दे देखो जद कदे गलबात हुंदी आ बहने आ वह हुण करन की उस गल ते लिया के भी हुण की करिए पर दिल ते हथ रख के तो वेखो जी दा 2,20,000 च हो गया उदों जस्टिफिकेशन की आ लै आउंदी सरकार वह भी आ कंपनसेशन दिंदे ही ने आ हो गया इन्हें मारते उन्हें मारते RCMP तो गलती ना बंदा मर गया पुलिस तो मिल गया दो कंपनसेशन लोगों के पैसे दिंदे ही है टूटे चक चक के दई जाता भैया इन्हू सदला इनू दे आ जिन्हों के हक खोहे ने इन्हों भी कहने लाया भी थोनू थोड़ू भी थोड़ा बहुता सामने असं थोड़ी कीमत 10-40% दें 50 दें भी तुम साढ़े पार्ट हो तुम सानू शराबियों ढोया तुम साढ़े बजुर्गों ढोया तुम ग्रोसरिया दतिया बजुर्गों किधर नूं जाणगे इह बंदे उस सीट ते बैठ के जिवें आ साडे वाले काम दे विच हर काम दे विच हैल्पर कहिंदा मैं क्रेन ऑपरेटर बनना है 2x4 फड़ाउंदा कहिंदा मैं अपनी कदे फ्रेमिंग कंपनी खोलनी है रूफर कहिंदा चेला उहदा मैं रूफर बनना आ साडे च एडवरटाइजमेंट रिकॉर्ड वाले कहिंदे ने कदे हरजीत सिंह करे खाली सीट असीं इत्थे बहिणा है इस तरह ही टैक्सी च जां लीज ते चलाउंदा बंदा कहिंदा मालक बनना इक्को ही सिर दे विच दिमाग दे विच चीज़ हुंदी सी मालकी यार क्यों इनी लीज देनी है मालकी जदों होगी हुणों मालकी खुशगी यह दुख की कहानी है यह भाईचारे नूं यह महसूस करन दी लोड़ है मैं उबर ड्राइवर ते उबर दे खिलाफ उबर ने की साडे लई कीता जिहदे लई उबर दे असीं गुण गाईए कौन है उबर वाले यार अमेरिकन सैन फ्रांसिस्को बेस्ड एक कंपनी उन्होंने खोलिया एक सॉफ्टवेयर ते असीं नचण लग गए उबर जी ते कित्थे साडियां गलियां च साडे नसीमां च साडे पिंडां दे साडी इक धरत तों आए होए भाई साडे उह कि रुक जाण यार ते उबर वाले साडे की लगदा मासी दे पुत लगदे जिहड़े सैन फ्रांसिस्को बैठे आ मैं ड्राइवरां दी नहीं गल करदा मैं उत्थे वाले दी गल करदा जिन्हां ने शुरू की
ਅਸੀਂ ਅਡੈਪਟ ਕਰ ਲਈ, ਮੀਡੀਆ ਖਰੀਦ ਲਿਆ, ਮੀਡੀਆ ਡੰਬਰੂ ਵਜਾਉਣ ਲੱਗ ਗਿਆ, ਉਬਰ ਜੀ ਉਬਰ, ਉਬਰ ਇਜ਼ ਸੋ ਗੁੱਡ, ਉਬਰ ਇਜ਼ ਸੋ ਕੰਪੀਟੀਟਿਵ, ਤੇ ਗੱਲਾਂ ਪਰ ਇਹ ਕਿੱਧਰ ਨੂੰ ਜਾਣਗੇ? ਪੰਜ ਪੰਜ ਲੱਖ ਦਾ ਸ਼ੋਫਰ ਆ ਜਿਹੜਾ, ਉਹਨੂੰ 50,000 ਨੀ ਕੋਈ ਦਿੰਦਾ, 25 ਨੀ ਦਿੰਦਾ। ਮੈਂ ਇਸ ਲਾਈਨ ਚ ਹੁੰਦਾ, ਮੈਂ ਟੈਕਸੀ ਚਲਾਉਂਦਾ ਸੀ, ਮੈਂ ਨਾ ਇੱਧਰ ਨੂੰ ਆਉਂਦਾ ਤੇ ਮੇਰੀ ਟੈਕਸੀ ਜਿਹੜੀ ਮੈਂ ਲਈ ਸੀ ਅੱਜ ਜ਼ੀਰੋ ਤੇ ਹੋਣੀ, ਤੇ ਮੈਂ ਕੀ ਕਰਦਾ ਅੱਜ? ਜ਼ਿੰਦਗੀ ਬਾਈ ਜੀ ਸੁਣ, ਜ਼ਿੰਦਗੀ ਆ, ਪਿੱਛੇ ਜੇ ਮੈਂ ਜਿਹੜੀ ਗੱਲਬਾਤ ਘਰ ਦੀ ਕੀਤੀ, ਜ਼ਿੰਦਗੀ ਸੈਟਲ ਕਰ ਦਿੱਤੀ ਇੱਕ ਟੈਕਸੀ ਦੀ ਅੱਧੀ ਪਲੇਟ, 60,000-70,000 ਦੀ ਲਈ ਤੇ 4 ਸਾਲਾਂ ਚ 1.5 ਲੱਖ ਦੀ ਵੇਚਤੀ। 1.5 ਲੱਖ ਦੀ ਲੋਟ ਆਉਂਦੀ ਸੀ 60x120 ਦੀ 2002 ਚ, ਜ਼ਿੰਦਗੀ ਸ਼ੁਰੂ ਹੋ ਗਈ। ਘਰ ਛੱਡਤਾ 4 ਸਾਲਾਂ ਚ, ਬ੍ਰਾਂਡ ਨਿਊ, ਇੱਕ ਬਣਾ, ਦੋ ਬਣਾ, ਤਿੰਨ ਬਣਾ, ਚਾਰ, ਹਰ 4 ਸਾਲ ਬਾਅਦ ਇੱਕ। ਕਿੱਥੋਂ ਸ਼ੁਰੂ ਹੋਇਆ? ਟੈਕਸੀ ਤੋਂ। 4 ਸਾਲ ਨੋਟ ਕਮਾਏ ਨਾਲੇ। ਇਸ ਤਰ੍ਹਾਂ ਹੀ ਜਦ ਹੁਣ ਦੇਖੀ ਦਾ ਏਅਰਪੋਰਟ ਤੇ, ਹੁਣ ਮੇਰੇ ਅੱਖਾਂ ਮੂਹਰੇ ਘੁੰਮ ਰਹੇ ਨੇ ਬੰਦੇ ਸਾਰੇ, ਕੋਈ 25 ਸਾਲ, ਕੋਈ 28 ਸਾਲ, ਕੋਈ 30 ਸਾਲ, ਕਿੱਥੇ ਜਾਣਗੇ ਉਹ ਜਿਹਾ ਰਿਟਾਇਰਮੈਂਟ? ਮੈਨੂੰ ਦੱਸੋ ਕੋਈ ਬੰਦਾ ਆ ਕੇ ਏਅਰ ਤੇ, ਵੀ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਖੁਰ ਗਈ, ਉਹ ਰਿਟਾਇਰ ਕਦ ਹੋਣਗੇ? ਕਿਹੜਾ ਉਹਨਾਂ ਕੋਲ ਜਿਹੜਾ ਮਨੀ ਹੈ ਜਿਹਦੇ ਤੇ ਰਿਟਾਇਰ ਹੋਣ? ਫੁੱਲ ਗੱਡੀ ਡਾਊਨ ਟਾਊਨ ਦੀ ਕੋਈ $1,000,000 ਦੀ, 8 ਲੱਖ ਦੀ, 7 ਲੱਖ ਦੀ, $7,00,000 ਇਕੱਠਾ ਕਿਸ ਨੂੰ ਮਿਲ ਜਾਵੇ? 11% ਸੈਕਿੰਡ ਮੋਰਗੇਜ ਹੈ, 70 ਲੱਖ ਸਾਲ ਦਾ ਬਣਦਾ, ਤੇ 6,000 ਮਹੀਨੇ ਦਾ, ਲੱਤ ਤੇ ਲੱਤ ਰੱਖ ਕੇ ਅਗਲਾ ਕਹਿਣਾ ਵੀ ਚਾਹ 3% ਦੀ ਬਣਾ ਸਰਦਾਰ ਨੀ ਹੈ, 6,000 ਆ ਪਿਆ, ਬੱਕਰੀ ਦੇ ਕੰਨ ਅਰਗੇ ਨੋਟ ਭੂਰੇ ਆ ਪਏ ਨੇ, ਚੱਕ 200 ਦਿਹਾੜੀ ਦਾ ਖਰਚ, ਹੁਣ ਨਹੀਂ ਵਿਖਦੇ ਉਹ ਪ੍ਰਾਪਰਟੀ ਆ ਜੀ, ਉਹ ਪ੍ਰਾਪਰਟੀ ਕੌਣ ਵੇਚੂਗਾ ਮੇਰੇ ਅੱਧੇ ਸ਼ੇਅਰ ਲਈ? ਮੈਨੂੰ ਅੱਜ ਰਿਟਾਇਰ ਹੋਣਾ, ਮੇਰੇ ਲਈ ਵੇਚਣਗੇ ਉਹ? ਨਹੀਂ ਵੇਚਣਗੇ। ਸੋ ਇਹ ਇੱਕ ਪੇਨ ਜਿਹੜਾ ਦਰਦ ਹੈ, ਮੈਂ ਕਦੇ ਵੀ, ਜਾਂ ਤਾਂ ਮੇਰੇ ਭਾਈ ਬੰਦ ਉਹ ਨੇ, ਜਦ ਵੀ ਅਸੀਂ ਲੰਗਰ ਛਕਾਉਣ ਜਾਂਦੇ ਹਾਂ ਐਤਵਾਰ ਨੂੰ, ਸਾਰੇ ਮਿੱਤਰ ਜਿਹੜੇ ਨਾਲ ਨੇ ਟੈਕਸੀ ਵਾਲੇ ਨੇ, ਉਹਨਾਂ ਵੱਲ ਵੇਖ ਕੇ ਗੱਲ ਨੀ ਮੈਂ ਕਰਦਾ, ਮੇਰਾ ਮਨ ਭਰਦਾ ਕਿ ਯਾਰ ਇਹ ਇਹਨਾਂ ਨੇ 20-20 ਸਾਲ ਅਰਨ ਕੀਤਾ ਸਰੀ ਨੂੰ, ਅੱਜ ਕੀ ਮਿਲਿਆ ਇਹਨਾਂ ਨੂੰ? ਫੇਰ ਵੀ ਮੇਅਰ ਪੈਰ ਗੱਡ ਕੇ ਖੜਿਆ ਰਿਹਾ, ਐਟਲੀਸਟ ਉਹਦਾ ਮਾਣ ਵਧਿਆ ਇਸ ਗੱਲ, ਵੀ ਨਹੀਂ ਹੋਗਾ, ਮੈਂ ਨੀ ਆਉਣ ਦੇਣੀ ਇਹ ਚੀਜ਼। ਕਿਸੇ ਦੀ ਪੱਕੀ ਫਸਲ ਤੇ ਗੜੇ ਪੈਣਗੇ ਜਦ ਮਹਿਸੂਸ ਤੁਸੀਂ, ਕਿਉਂਕਿ ਕਰ ਨੀ ਸਕਦੇ ਜਦ ਤੁਸੀਂ ਉਹ ਪ੍ਰੋਫੈਸ਼ਨ ਚ ਨਹੀਂ ਬੈਠੇ, ਨਹੀਂ ਕਰ ਸਕਦੇ। ਕੱਲ ਨੂੰ ਆਟੋਨਮਸ ਜਾਂ ਆਟੋਮੇਸ਼ਨ ਹੋਣੀ ਆ, ਟਰੱਕ ਬਿਨਾਂ ਉਹਦੇ ਤੋਂ ਚੱਲਣ ਲੱਗੇ, ਇਹ ਚੱਲੋ, ਸਾਰੀਆਂ ਚੀਜ਼ਾਂ ਚੰਗੀਆਂ ਨੇ ਮੈਨੂੰ ਲੱਗਦੀਆਂ ਨੇ, ਸਿਲੀਕਨ ਵੈਲੀ ਵਾਲਿਆਂ ਦੀਆਂ, ਆਟੋਨਮਸ ਚੀਜ਼ ਤੇ, ਜਿਹੜੇ ਘਰੇ ਬਹਿਣਗੇ ਉਹਨਾਂ ਦੀ ਰੋਟੀ ਕੌਣ ਕਰੂਗਾ? ਵਧੀਆ ਲੱਗਦਾ ਮੈਨੂੰ ਤਾਂ, ਰਜਵਾੜਿਆਂ ਨੂੰ ਪੈਸੇ ਬਣਨਗੇ, ਹੋਰ ਮਿਲਣਗੇ ਇਕੱਠੇ, ਟਰੱਕ ਇੱਥੋਂ ਬਟਨ ਦੱਬ ਕੇ ਛੱਡਣਗੇ, ਜਾਇਆ ਇਲੇ ਲਾਇਆ ਬਹਿ ਜਾ, 5,000 ਡਰਾਈਵਰ ਦਾ ਬਚ ਗਿਆ, ਆ ਜਾਣਾ ਸਮਾਂ ਤੁਹਾਡੇ ਹੁੰਦੇ ਹੀ, ਉਹ ਤਾਂ ਸਪੇਸ ਚ ਨੂੰ ਚੱਲਿਆ, ਦਿਆ $2,00,000 ਕਹਿੰਦਾ 10 ਮਿੰਟ ਦੀ ਧਰਤੀ ਤੈਨੂੰ ਕੀ ਦਿਖਾਈ ਹੈ, ਲਿਜਾ ਕੇ 200 ਕਿਲੋਮੀਟਰ ਥੱਲੇ ਦੱਸ ਕੀ ਕੱਢਣ ਪਾਉਣ ਨੂੰ, ਉਹਦੇ ਚ ਕਿੰਨਾ ਪੋਲਿਊਸ਼ਨ ਆ, ਕੀ ਬੁਰਾ ਹੱਲ ਕਰਨਗੇ? ਤੁਹਾਡੇ ਤਾਂ ਬਣ ਗਏ 5 ਬੰਦੇ ਬਿਠਾਏ ਵਿੱਚ, $1,000,000 ਦਾ ਟ੍ਰਿਪ ਹੈ, ਤੇ ਅਸੀਂ ਕੀ ਲੈਣਾ? ਕਿਹੜੀ ਧਰਤੀ? ਧਰਤੀ ਗਲੋਬ ਨੂੰ ਮੂਹਰੇ ਰੱਖਦਾ, ਧਰਤੀ ਇਹੋ ਜਿਹੀ ਹੋਈ ਹੈ, ਜੱਖਣਾ ਜਿਹੜੀ ਪੱਟ ਰਹੇ ਹੋ ਉਹ ਇਨਵਾਇਰਮੈਂਟ ਦੀ। ਸੋ ਇਹ ਜਿਹੜੀ ਨਾ ਕਦੇ ਵੀ ਗੱਲ ਯਾਦ ਆਉਂਦੀ ਹੈ ਤਾਂ ਇਹ ਦੁੱਖ ਹੁੰਦਾ, ਤੇ ਇਹ ਇਹ ਜਿਹੜੀ ਇਹ ਹੱਥੋਂ ਕਿਰ ਗਈ ਗੱਲ, ਔਰ ਭਾਈਚਾਰਾ ਸਾਡਾ ਜਿਹਨੇ ਨਾ ਟੈਕਸੀ ਲੈਣੀ ਆ, ਨਾ ਉਬਰ ਚਲਾਉਣੀ ਆ, ਨਾ ਉਹਨੇ ਟੈਕਸੀ ਚ ਬਹਿਣਾ, ਉਹ ਵੀ ਉਬਰ ਚੰਗੀ ਹੁੰਦੀ ਆ, ਰਾਤ ਨੂੰ 1:30 ਵਜੇ ਘਰ ਵਾਲਿਆਂ ਨੂੰ ਸੱਦ ਕੇ ਅਸੀਂ ਰਾਈਡਾਂ ਲੈਂਦੇ ਹਾਂ, ਜਿੱਥੇ ਘੁੱਟ ਪੀਂਦੇ ਹਾਂ, ਆ ਜਾ ਲੈ ਜਾ ਹੋਣਾ, ਤੇ ਜਦ ਤਾਂ ਟੈਕਸੀ ਕਰਦੇ ਨੀ ਅਸੀਂ, ਪਰ ਉਹ ਟੈਕਸੀ ਦੀ ਜਗ੍ਹਾ ਉਬਰ ਹੋਵੇ ਤਾਂ ਉਹਦੇ ਨਾਲ ਮੇਰਾ ਮਨ ਖੁਸ਼। ਇਹਨਾਂ ਨੂੰ ਹੁਣ ਪਤਾ ਲੱਗੂ, ਬਹੁਤ ਪੈਸੇ ਬਣਾਉਂਦੇ ਸੀ, ਇਹ 4-4 ਘਰ ਬਣਾ ਰਹੇ ਨੇ, ਟੈਕਸ ਚੋਰੀ, ਕਿਹੜਾ ਟੈਕਸ ਚੋਰੀ ਕਰ ਦਿੰਦਾ? ਰੈਵਨਿਊ ਕੈਨੇਡਾ ਵਾਲੇ ਟੈਕਸ ਚੋਰੀ ਕਰ ਦੇਣਗੇ ਤੁਹਾਨੂੰ? ਇਹ ਤਾਂ ਵੱਡਿਆਂ ਨੂੰ ਹੀ ਹੱਥ ਜੋੜਦੇ ਆ, APMG ਵਰਗਿਆਂ ਨੂੰ, ਬਈਆ ਲਓ ਆ ਪਨਾਮਾ ਪੇਪਰ ਜੀ, ਪੈਰਾਡਾਈਜ਼ ਪੇਪਰ ਜੀ, ਉਹਨਾਂ ਨੂੰ ਕਹਿੰਦੇ ਆ ਐਮਨੈਸਟੀ ਦਾ, ਤੁਹਾਡਾ 5 ਲੱਖ ਬਣਦਾ, 2 ਹੀ ਦੇ ਦਿਓ, ਮਹਾਤਰ ਨੂੰ ਤਾਂ ਖੂੰਜੇ ਲਾਉਣਾ ਪੰਜਾਬੀ ਚ, ਆ ਤੂੰ $2 ਦੀ ਟਿਮ ਹਾਲਟਨ ਪਾਈ ਆ, ਹੈਗੀ ਸੀਟ? ਇਹ ਇਹ ਜਿਹੜਾ ਇਹ ਇਹ ਜਿਹੜੀ ਹੋਈ ਮਾੜੀ ਗੱਲ, ਇਹ ਧੱਕਾ ਹੋਇਆ, ਸ਼ਰੇਆਮ ਧੱਕਾ ਹੋਇਆ 2,250 ਬੰਦਿਆਂ ਦਾ। ਹਾਂ ਆਪਸ ਵਿੱਚ ਵੀ ਕਲੇਸ਼ ਸੀ, ਮੰਨੇ ਨੀ, ਇਕੱਠੇ ਨੀ ਹੋਏ, ਖੜੀਆਂ ਕਰੇਲੇ ਹੋ ਗਏ, ਆ ਮੈਂ ਇਹਨੂੰ ਨੀ ਮੰਨਦਾ, ਮੈਂ ਇਹਨੂੰ ਨੀ ਮੰਨਦਾ, ਇੱਕ ਕੋਈ ਵਿਕਟੋਰੀਆ ਬੈਠਾ ਕਹਿੰਦਾ ਮੈਂ ਕਿਸੇ ਨੂੰ ਵੀ ਨੀ ਮੰਨਦਾ, ਉਹਦੀ ਉੱਥੇ ਅੰਦਰ ਸਹੀ ਹੈ,
बस चक लो चक लो। खैर लंबी होगी गल। अमरजीत कौर जी लाइन नंबर टू। भाई बंद इन्ने कैम ने भाई बंद इन्ने कैम ने ना खुली किताब भाई गुरमेख सिंह मां नूं नहीं कहिंदे ट्रक का लाइसेंस अपने को हैगा क्लास वन का हले मैं हैगा रखा हुआ की पता कद जरूरत पै जाए खड़का देंगे गेयर दे चक चक पावे गर गर चलू ते वो कहे भाई बस बह जो ना ही यूबा सिटी दिखा लीए ना दम दवाए मेनू जीरो रहो कुलवीर सिंह जी लाइन नंबर टू तुम हां जी रजीत सिंह जी सत श्रीकाल सुनने वाले ने बहुत सत श्रीकाल जिन्हें आप गल की सारी टैक्सी के बारे भी जिहड़ियां वड्डियां कंपनियां उन्होंने जो छोटे बिजनेस हड़प लैने है ना ਇਹ ਹਾਲਾਤ ਸਾਰਿਆਂ ਦੇ ਹੋਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹ ਦਿਨ ਦੂਰ ਨੀ ਹੈਗਾ ਜਿਹੜਾ ਵੀ ਆਪਾਂ ਨੂੰ ਨਾ ਦੇਖਣਾ ਪਵੇ ਜਿਵੇਂ ਇਹਨਾਂ ਨੇ ਇਸ ਕੰਪਨੀ ਨੇ ਟੈਕਸੀ ਨੂੰ ਹੜਪਿਆ ਏਦਾਂ ਹੀ ਆਉਣ ਵਾਲੇ ਸਮੇਂ ਜਿਹੜੇ ਤੁਸੀਂ ਕਹਿੰਦੇ ਆ ਵੀ ਪਲੰਬਿੰਗ ਜਾਂ ਹੀਟਿੰਗ ਜਾਂ ਫਰੇਮਿੰਗ ਜਾਂ ਲੈਂਡਸਕੇਪਰ ਇਹਨਾਂ ਨੂੰ ਵੀ ਦੱਬ ਲੈਣਾ ਉਹਨਾਂ ਨੇ ਕਿਉਂ ਉਹਨਾਂ ਨੇ ਵੱਡੀਆਂ ਕੰਪਨੀਆਂ ਆ ਜਾਣੀਆਂ ਉਹਨਾਂ ਨੇ ਇੱਕੋ ਨੇ ਠੇਕਾ ਲਿਆ ਕਰਨਾ ਜਿੱਦਾਂ ਟੋਰਾਂਟੋ ਦੇ ਵਿੱਚ ਜਾਂ ਬਾਹਰ ਅਮਰੀਕਾ ਦੇ ਵਿੱਚ ਹੈਗੀਆਂ ਨਾ ਸਾਨੂੰ ਜੇ ਅਸੀਂ ਜੇ ਸਾਰੇ ਆਪਾਂ ਇਸ ਚੀਜ਼ ਤੇ ਗੌਰ ਨਾ ਕੀਤਾ ਵੀ ਮੇਰੀ ਕੰਪਨੀ ਚੱਲਦੀ ਹੈ ਮੈਨੂੰ ਹੂ ਕੇਅਰ ਮੈਂ ਨੀ ਇਸ ਬਾਰੇ ਧਿਆਨ ਦਿੰਦਾ ਨਾ ਪਰ ਨਹੀਂ ਜਿੱਦਣ ਆਪਣੇ ਸਿਰ ਤੇ ਡੰਡਾ ਪੈਣਾ ਉਦੋਂ ਉੱਠਣਾ ਸਾਰਿਆਂ ਨੇ ਅਸੀਂ ਉਸ ਧਰਤੀ ਤੋਂ ਉੱਠ ਕੇ ਆਏ ਹਾਂ ਜਦੋਂ ਸਾਡੇ ਸਿਰ ਤੇ ਚੜ ਜਾਂਦੀ ਨੀ ਨਾ ਕਿ ਵਾਰੀ ਫਿਰ ਅਸੀਂ ਉੱਠਦੇ ਹਾਂ ਪਹਿਲਾਂ ਕੋਈ ਨੀ ਉੱਠਦਾ ਹੁਣ ਜੋ ਹਾਲਾਤ ਆਪਣੇ ਇੰਡੀਆ ਦੇ ਵਿੱਚ ਆ ਸੇਮ ਹੀ ਇੱਥੇ ਹੋਣੇ ਆ ਪੰਜ ਸੱਤ ਸਾਲ ਯਾਰ ਹੋਰ ਕੁਛ ਨੀ ਹੈਗਾ ਜਿਹੜੀ ਆ ਮਹਿੰਗਾਈ ਹੋਈ ਆ ਘਰਾਂ ਦੀ ਮਹਿੰਗਾਈ ਹੋਈ ਆ ਉਹਦਾ ਆਮ ਬੰਦਾ ਸਰਵਾਈਵ ਕਰਨਾ ਵੀ ਨਹੀਂ ਕਰ ਸਕਦਾ ਹੁਣ ਟੈਕਸੀ ਵਾਲੇ ਆ ਉਹਨਾਂ ਨੇ ਚਲੋ ਆਪਣਾ ਇਨਵੈਸਟ ਕੀਤਾ ਸੀਗਾ ਉਹਨਾਂ ਦਾ ਵੀ ਦੇਖੋ ਪੈਸਾ ਜੀਰੋ ਹੋ ਗਿਆ ਨਾ ਉੱਥੇ ਦਾ ਉੱਥੇ ਰਹਿ ਗਿਆ ਜਿੰਨੇ ਗੱਡੀ ਸੀ ਉਹਦੀ ਗੱਡੀ ਰਹਿ ਗਈ ਇਹ ਚੀਜ਼ਾਂ ਸਾਰਿਆਂ ਨਾਲ ਹੋਣੀਆਂ ਟਨ ਬਾਈ ਟਨ ਹੋਣੀਆਂ ਆ ਜਿੱਦਾਂ ਜਿਹੜੇ ਨਾ ਉਹ ਆਪਣੇ ਆਰਡੀਨੈਂਸ ਬਿੱਲ ਆਉਣਾ ਇੱਦਾਂ ਸਾਡੇ ਲਈ ਵੀ ਆਰਡੀਨੈਂਸ ਬਿੱਲ ਇਕੱਲੇ ਇਕੱਲੇ ਟਨ ਬਾਈ ਟਨ ਆਉਣਾ ਆ ਤੇ ਹੁਣ ਟੈਕਸੀ ਵਾਲਾ ਲਈ ਆਇਆ ਸੀਗਾ ਬਾਅਦ ਚ ਪਹਿਲਾਂ ਘਰ ਆਇਆ ਹੁਣ ਟੈਕਸੀ ਵਾਲਾ ਤੋਂ ਹੌਲੀ ਹੌਲੀ ਟਨ ਬਾਈ ਟਨ ਹੋ ਗਿਆ ਹੁਣ ਵੱਡੀਆਂ ਕੰਪਨੀਆਂ ਨੇ ਇੱਥੇ ਘਰ ਖਰੀਦਣੇ ਸ਼ੁਰੂ ਕੀਤੇ ਆ ਪੁਰਾਣੇ ਕਿਸੇ ਨੇ ਸੋਚਿਆ ਨੀ ਹਲੇ ਤੱਕ ਉਹਨਾਂ ਨੇ ਫੋਨ ਆ ਲਿਆ ਵੀ ਤੁਸੀਂ ਘਰ ਵੇਚਣੇ ਆ ਸਾਨੂੰ ਦੇ ਦੋ ਉਹ ਇਕੱਠੇ ਘਰ ਕਰ ਰਹੀਆਂ ਉਹ ਕੰਪਨੀਆਂ ਇੱਥੇ ਹੋਣੀਆਂ ਆਪਣੇ ਪੀਸੀ ਦੇ ਵਿੱਚ ਨਾ ਇਹ ਸੋਚਣ ਦੀ ਲੋੜ ਆ ਮੈਂ ਕਹਿੰਦਾ ਵੀ ਸਾਰੇ ਜਣੇ ਇਸ ਤੇ ਗੌਰ ਕਰੋ ਚਾਹੇ ਕੋਈ ਪਲੰਬਰ ਆ ਚਾਹੇ ਕੋਈ ਕੁਛ ਵੀ ਆ ਆਪਣਾ ਜੇ ਤੁਸੀਂ ਇਸ ਬਾਰੇ ਧਿਆਨ ਨਾ ਰੱਖੋ ਤਾਂ ਆਪਾਂ ਵੀ ਦਿਹਾੜੀਆਂ ਹੀ ਕਰਨੀਆਂ ਜਿੱਦਾਂ ਪੰਜਾਬ ਦੇ ਵਿੱਚ ਕਰਦੇ ਆ ਚਾਹੇ ਗੇਅਰ ਪਾ ਲਾਂਗੇ ਚਾਹੇ ਕਿਸੇ ਦੇ ਮੂਹਰੇ ਲੱਗ ਜਾਂਗੇ ਤੁਹਾਡੀ ਤੁਸੀਂ ਪਹਿਲਾਂ ਕਹਿੰਦੇ ਵੀ ਗੇਅਰ ਵੀ ਪਾ ਲਾਂਗੇ ਜਿਹੜਾ ਗੇਅਰ ਹੀ ਪਾਉਣਾ ਪੈਜੇ ਦੁਆਰਾ ਫੇਰ ਬੰਦੇ ਨੂੰ ਧੰਨਵਾਦ ਜੀ ਸੋਚਣ ਦੀ ਲੋੜ ਆ ਧੰਨਵਾਦ ਬਿਲਕੁਲ ਤੁਸੀਂ ਦੇਖਿਓ ਕਦੇ ਤੁਹਾਡਾ ਪੀਲ ਰੀਜਨ ਦੇ ਵਿੱਚ ਕੋਈ ਭੈਣ ਭਾਈ ਰਹਿੰਦਾ ਹੋਵੇ ਸਾਗਾ ਬਰੈਂਪਟਨ ਟੋਰਾਂਟੋ ਦੇ ਵਿੱਚ ਬਾਈ ਜੀ ਘਰ ਨੀ ਛੱਤਣ ਦਿੰਦੇ ਜਿਵੇਂ ਇੱਥੇ ਛੱਤ ਲੈਂਦੇ ਹੋ ਮੈਂ ਦੇਖਿਆ ਨਾ ਬਾਕਸ ਘਰ ਬਣਾ ਕੇ ਨਾ ਕੱਲਾ ਹੀ ਬਾਕਸ ਖੜਾ ਕਰਕੇ ਉਹ ਕਹਿੰਦੇ ਹੁਣ ਦਾ ਸੱਤ ਗ੍ਰੇਡ ਇੱਥੇ ਵਿੰਡੋ ਲਾਉਣੀ ਹੈ ਇੱਥੇ ਮੈਂਟੋਰ ਬਣਾਉਣਾ ਇੱਥੇ ਫਾਇਰ ਪਲੇਸ ਲਾ ਦਈਏ ਲੱਖ ਡਾਲਰ ਬਣਾ ਲੈਂਦਾ ਇਕੱਠੇ ਬਣਾਉਣੇ ਨੇ ਇੱਕੋ ਜਿਹੇ ਇਕੱਠਾ ਹੀ ਸਮਾਨ ਇਕੱਠੇ ਹੀ ਜਿਹੜੇ ਨੇ ਜਿਵੇਂ ਟਾਊਨ ਹਾਊਸ ਸੱਤ ਦੇ ਨੇ ਉਹ ਹੀ 40-50 ਇਕੱਠੇ ਖੜੇ ਨੇ ਗੱਭੇ ਇੱਕ ਟੋਆ ਜਿਹਾ ਪੱਟ ਕੇ ਪਾਣੀ ਛੱਡ ਦਿੰਦੇ ਨੇ ਇਹ ਲੇਕ ਆ ਜੀ ਚੱਕ ਇੱਥੇ ਤਾਂ ਮੌਜਾਂ ਕਰਦੇ ਹੋ ਇਹ ਸਾਂਭਣ ਦੀ ਲੋੜ ਹੈ ਸਾਰੀਆਂ ਚੀਜ਼ਾਂ ਇਹ ਖਿਸਕ ਜਾਣੀਆਂ ਨੇ ਹੱਥ ਪੌਲ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸੁਣ ਰਿਹਾ ਜੀ ਮੈਂ ਸਰਾਜ ਜੀ ਤੁਹਾਡੀ ਗੱਲ ਦੱਸੋ ਜੀ ਬੋਲੋ ਜੀ ਹਾਂਜੀ ਹਾਂਜੀ ਸੋਰੀ ਹਾਂਜੀ ਭਾਈ ਮੈਂ ਕਹਿੰਦਾ ਜਿਹੜੇ ਆਪਣੇ ਲੋਕਾਂ ਨੂੰ ਐਟੀਟਿਊਡ ਬਹੁਤਾ ਵਧੀਆ ਨੀ ਬਿਜ਼ਨਸ ਬਾਰੇ ਜੇ ਜਿੱਦਾਂ ਕੋਈ ਹੁਣ ਆਪਣੇ ਟਰੱਕਾਂ ਦਾ ਟੋਰਾਂਟੋ ਦੇ ਵਿੱਚ ਜਾਂ ਕੋਈ ਰੈਸਟੋਰੈਂਟ ਉਹਨਾਂ ਦੇ ਸ਼ੀਸ਼ੇ ਭੰਨ ਜਾਂਦੇ ਤੁਸੀਂ ਆਹ ਨੀ ਕਰਦੇ ਤੁਸੀਂ ਮੇਰਾ ਖਿਆਲ ਜਿਹੜੇ ਇਹ ਐਟੀਟਿਊਡ ਮੇਰਾ ਖਿਆਲ ਜਿਹੜੇ ਟੈਕਸੀ ਇੰਡਸਟਰੀ ਬਾਰੇ ਬਹੁਤ ਕੁਛ ਹੋ ਸਕਦਾ ਸਟਿਲ ਵੀ ਤੁਸੀਂ ਉਬਰ ਨੂੰ ਕਹਿ ਸਕਦੇ ਭਾਈ ਤੁਸੀਂ ਇਹ ਟੈਕਸੀ ਇੰਡਸਟਰੀ ਆ ਉਹਦੇ ਅੰਡਰ ਤੁਸੀਂ ਕੰਮ ਕਰੋ ਵੀ ਨਾਲੇ ਤਾਂ ਇਹਨਾਂ ਦੀ ਇਨਵੈਸਟਮੈਂਟ ਸੇਵ ਹੋਵੇ ਨਾਲੇ ਬਿਜ਼ਨਸ ਸੇਵ ਹੋਵੇ ਨਾਲੇ ਜੇ ਤੁਸੀਂ ਕੋਈ ਉਬਰ ਜਿੱਦਾਂ ਤੁਸੀਂ ਚਲਾਉਣੀ ਚਾਹੁੰਦੇ ਟੈਂਪਰੇਰੀ
ਅਸੀਂ ਘੰਟਾ ਦੋ ਘੰਟੇ ਉਹਨਾਂ ਦੇ ਜਿਸ ਨੂੰ ਲੋੜ ਅਸੀਂ ਚਲਾਓ ਨਹੀਂ ਛੱਡਿਓ ਐਪ ਛੱਡਿਓ ਜੇ ਉਹਨੂੰ ਨਹੀਂ ਲੋੜ ਐਪ ਛੱਡਿਓ ਆਫ ਕਰ ਦੇਣਗੇ ਇਹਦਾ ਬੜਾ ਕੁਛ ਸਟਿਲ ਵੀ ਹੋ ਸਕਦਾ ਪਰ ਮੇਰਾ ਖਿਆਲ ਆਪਾਂ ਕੇਓਸ ਜਿਹਾ ਕ੍ਰੀਏਟ ਕਰਕੇ ਅੱਜ ਕੱਲ੍ਹ ਆਪਾਂ ਖੁਸ਼ ਰਹੇ ਜੇ ਆਪਾਂ ਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ ਹੈਗੀ ਮੈਂ ਇਹ ਕਹਿਣਾ ਚਾਹੁੰਦਾ ਧੰਨਵਾਦ ਹਰਜਿੰਦਰ ਸਿੰਘ ਜੀ ਲਾਈਨ ਨੰਬਰ 4 ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਮੈਂ ਤੁਹਾਡਾ ਸ਼ੋਅ ਸੁਣ ਰਿਹਾ ਸੀਗਾ ਤੇ ਤੁਸੀਂ ਗੱਲ ਕੀਤੀ ਟੈਕਸੀ ਇੰਡਸਟਰੀ ਬਾਰੇ ਤੇ ਮੈਂ ਬਾਹਲਾ ਡਿਟੇਲ ਚ ਨਹੀਂ ਜਾਊਂਗਾ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਮੈਂ ਅਗਨੀਪਤ ਤੋਂ ਗੱਲ ਕਰਦਾ ਜੀ ਤੇ ਇੱਥੋਂ ਦੀ ਜਿਹੜੀ ਸਾਡੀ ਟੈਕਸੀ ਇੰਡਸਟਰੀ ਹੈ ਉਹਦੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਨਵਾਨ ਬਣਾਏ ਹਾਂ ਖਾਸ ਕਰਕੇ ਜਦੋਂ ਉਬਰ ਦਾ ਸਿਸਟਮ ਚੱਲਦਾ ਜੀ ਸਾਰਾ ਤੇ ਉਹਦੇ ਵਿੱਚ ਇਹ ਹੈ ਵੀ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨਾ ਦੇਖੋ ਹੋਣਾ ਕਰਨਾ ਤਾਂ ਪ੍ਰਮਾਤਮਾ ਨੂੰ ਪਤਾ ਜੋ ਹੋਣਾ ਤਾਂ ਜੋ ਟਾਈਮ ਦੇ ਨਾਲ ਚੇਂਜਿਸ ਆਈ ਜਾਂਦੀਆਂ ਦੂਜੇ ਪਾਸੇ ਇੱਕ ਗੱਲ ਜ਼ਰੂਰ ਆ ਵੀ ਜੋ ਤੁਹਾਡੇ ਵਰਗਾ ਭਰਾ ਕੋਈ ਐਟਲੀਸਟ ਮਹਿਸੂਸ ਕਰਕੇ ਬਿਨਾਂ ਕਿਸੇ ਦੇ ਕਹਿਣ ਤੋਂ ਬਿਨਾਂ ਕੋਈ ਟਾਕ ਸ਼ੋ ਤੁਹਾਡਾ ਕੋਈ ਪਲਾਨ ਨਹੀਂ ਸੀ ਅੱਜ ਮੈਨੂੰ ਲੱਗਦਾ ਜਿਵੇਂ ਮੈਂ ਸੁਣ ਰਿਹਾ ਸੀ ਹਾਂ ਇੱਕ ਭਰਾਵਾਂ ਵਾਸਤੇ ਇੱਕ ਦਰਦ ਹੁੰਦਾ ਤੇ ਕੋਈ ਗਲਤ ਹੋਇਆ ਕਮਿਊਨਿਟੀ ਦੇ ਨਾਲ ਉਹਦੇ ਬਾਰੇ ਜੋ ਤੁਸੀਂ ਅੱਜ ਗੱਲਬਾਤ ਕੀਤੀ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਤੇ ਬਾਕੀ ਗੱਲਬਾਤ ਹੀ ਕੋਈ ਨੀ ਇਹ ਘਾਟੇ ਵਾਧੇ ਚੱਲਦੇ ਰਹਿੰਦੇ ਆ ਤੇ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਬਸ ਤੇ ਬਾਬੇ ਨੇ ਤਾਂ ਆਪਾਂ ਨੂੰ ਸਿਖਾਏ ਬਹੁਤ ਕੁਛ ਆਵਾਂ ਦਾ ਵੀ ਪਰਵਾਹ ਨੀ ਮੰਨਣੀ ਇਹਨਾਂ ਗੱਲਾਂ ਦੀ ਧੰਨਵਾਦ ਤੁਹਾਡਾ ਧੰਨਵਾਦ ਥੈਂਕ ਯੂ ਧੰਨਵਾਦ ਬਾਈ ਜੀ ਹੁਣ ਪੱਟਾ ਸਾਹਿਬ ਹੁਣੀ ਰਾਜ ਮੇਰੇ ਦੋਸਤ ਨੇ ਉਹ ਕਹਿੰਦੇ ਵੀ ਕਹਿੰਦਾ ਇੱਕ ਜਾਣਕਾਰ ਨੇ 42,000 ਦੀ ਲੈ ਕੇ ਉਬਰ ਪਾਈ 10,000 ਡਾਊਨ ਦਿੱਤਾ ਤੀਜੇ ਮਹੀਨੇ ਟੋਟਲ ਹੋ 10,000 ਡਾਊਨ ਗਿਆ ਜੋਬ ਗਈ ICBC ਨੇ 10,000 ਘੱਟ 20,000 ਗਿਆ ਮਤਲਬ ਸੌਖਾ ਨੀ ਹੈ ਤੇ ਨਾਲ ਉਹ ਕਹਿੰਦਾ ਟੈਕਸੀ ਕੰਪਨੀਆਂ ਫੇਰ ਲੀਜ਼ ਵੱਧ ਚਾਰਜ ਕਰਨ ਲੱਗ ਗਈ ਤੇ ਮਤਲਬ ਇਹ ਵੀ ਮਤ ਮਾੜੀ ਗੱਲ ਹੈ ਜੇ ਹੁਣ ਤੁਹਾਡੇ ਕੋਲ ਆ ਗਏ ਬੰਦੇ ਪਹਿਲਾਂ ਤੂੰ ਤੁਹਾਡੇ ਕੋਲ ਆਉਂਦੇ ਨੀ ਸੀ ਹੁਣ ਆ ਗਏ ਤਾਂ ਹੁਣ ਤੁਸੀਂ ਫੇਰ ਐਂ ਨਾ ਕਰੋ ਵੀ ਛੱਲ ਲਾਉਣ ਲੱਗ ਗਏ ਚਲੋ ਮੈਂ ਦੂਜੇ ਪਾਸੇ ਨੂੰ ਜਾਣਾ ਹੁਣ ਇਸ ਵਿਸ਼ੇ ਤੇ ਗੱਲ ਨੀ ਕਰਨੀ ਦੋ ਕਾਲਰ ਨੇ ਮੇਰੇ ਨਾਲ ਮੈਂ ਉਹਨਾਂ ਨਾਲ ਗੱਲ ਕਰਕੇ ਮੈਂ OCI ਤੇ ਜਿਹੜੇ ਵੀਜ਼ੇ ਕੈਂਸਲ ਹੋਏ ਨੇ ਉਹਨਾਂ ਦੀ ਗੱਲ ਕਰਨੀ ਹੈ ਰਘਵੀਰ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਤੁਸੀਂ ਸਾਰੀ ਗੱਲ ਟੈਕਸੀ ਦੀ ਸੁਣਾ ਕੇ ਤੇ ਜਿਹੜਾ ਐਂਡ ਤੇ ਉਹਦਾ ਰਿਜ਼ਲਟ ਕੱਢਤਾ ਉਹ ਠੀਕ ਸੀ ਜਿਵੇਂ ਆਪਾਂ ਕਹਿੰਦੇ ਵੀ ਪਾੜੋ ਤੇ ਰਾਜ ਕਰੋ ਤੇ ਘਰ ਦੀ ਲੁੱਟ ਸੋਰੀ ਜੱਟ ਦੀ ਫੁੱਟ ਤੇ ਘਰ ਦੀ ਲੁੱਟ ਇਸ ਤਰ੍ਹਾਂ ਘਟਾਵਤਾ ਸਾਡੇ ਨਾਲ ਜੀ ਐਂ ਹੋਇਆ ਵੀ ਅਸੀਂ ਆ ਬਈ ਜੀ ਲੜੀ ਗਏ ਸਾਡੇ ਘਰੇ ਫੁੱਟ ਪੈ ਗਈ ਤੇ ਅਗਲੇ ਨੇ ਵੇਖਿਆ ਵੀ ਇਹਦਾ ਲੜਦੇ ਤੇ ਲੜਾਓ ਆਪਾਂ ਨੂੰ ਤੁਸੀਂ ਤਾਂ ਹਰ ਟਾਕ ਸ਼ੋ ਤਕਰੀਬਨ ਕੋਈ ਨਾ ਕੋਈ ਜਿਹੜਾ ਵੀ ਪ੍ਰੋਗਰਾਮ ਲੈ ਗਿਆ ਉਹਨਾਂ ਵਿੱਚ ਜ਼ਰੂਰ ਦੱਸਦੇ ਆ ਵੀ ਸਾਨੂੰ ਜੇ ਅਸੀਂ ਇਕੱਠੇ ਹੋ ਜਾਈਏ ਸਾਡਾ ਦੁਨੀਆਂ ਤੇ ਰਾਜ ਹੋਵੇ ਬਾਈ ਜੀ ਸਾਡੇ ਚ ਕਮੀ ਇਹ ਹੈ ਉਸ ਕਮੀ ਦਾ ਲੋਕ ਸਜ਼ਾ ਖਾ ਜਾਂਦੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਚੰਦ ਕਮਲ ਸਿੰਘ ਜੀ ਲਾਈਨ ਨੰਬਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖੋਸਾ ਸਾਹਿਬ ਸਤਿ ਸ਼੍ਰੀ ਅਕਾਲ ਹਰਜੀਤ ਜੀ ਗੱਲ ਬੜੀ ਵਧੀਆ ਕੀਤੀ ਆ ਜਿਹੜੀ ਗੱਲ ਅਖੀਰ ਤੇ ਕੀਤੀ ਆ ਸਭ ਤੋਂ ਵਧੀਆ ਗੱਲ ਇਹ ਸੀ ਕਿ ਇਹ ਜਿੰਨੇ ਵੀ ਚੌਧਰੀ ਹੈਗੇ ਇਕੱਠੇ ਕੀਤੇ ਹੋਏ ਇਹ ਇੰਡਸਟਰੀ ਡਬੋਈ ਆ ਬਾਕੀ ਇਹ ਜਿਹੜੀਆਂ ਪ੍ਰਾਈਸਾਂ ਸੀਗੀਆਂ ਪ੍ਰਾਈਸਾਂ ਸਾਡੀਆਂ ਆਪ ਹੀ ਕ੍ਰੀਏਟ ਕੀਤੀਆਂ ਹੋਈਆਂ ਸੀਗੀਆਂ 1993 ਵਿੱਚ ਮੈਂ ਟੈਕਸੀ ਲਈ ਸੀ ਤੇ ਉਦੋਂ ਵੀ ਅੱਧੀ ਸੀ ਤੇ ਹੁਣ ਵੀ ਇੱਕ ਆ ਪੂਰੀ ਦੀ ਪੂਰੀ ਕੋਈ 4-5 ਹੀ ਬਣਾਈਆਂ ਜਦੋਂ ਅਸੀਂ ਆਪਣੇ ਲਾਲਚ ਪੈ ਜਾਂਦੇ ਹਾਂ ਤਾਂ ਵਾ ਅੱਜ ਜੇ ਡੁੱਬ ਗਈ ਟੈਕਸੀ ਦੱਸੀ ਕੋਈ ਗੱਲ ਨੀ ਕੰਮ ਕਰਨਾ ਕੰਮ ਉੱਥੇ ਕੀਤਾ ਇੱਥੇ ਕੀਤਾ ਕੰਮ ਹੋ ਰਿਹਾ ਵਾ ਪਰ ਇਹ ਜੇ ਮਰਵਾਉਣ ਵਾਲੇ ਆ ਜਿਹੜਾ ਕਿੱਦਾਂ ਵੀ ਟੈਕਸੀ ਉਹਦੀ ਖੜੀਆਂ ਵਾ ਐਗਜਾਮਪਲ ਤੌਰ ਤੇ ਵੈਨਕੂਵਰ ਜੇ ਜੈਰੋ ਕਹਿੰਦੇ ਇਹਨਾਂ ਦੂਜੇ ਬਰੈਟ ਖੜੀਆਂ ਵਾ ਤੇ ਸਾਡੀ ਕੰਪਨੀ ਹਜੇ ਵੀ ਆ ਤੇ ਬਾਲੇ ਵਿੱਚੋਂ 85 ਟੈਕਸੀ ਚੱਲਦੀਆਂ ਪਈਆਂ ਰੋਡ ਤੇ ਕੱਲੇ ਕੱਲੇ ਬੰਦੇ ਬੈਠੇ ਆ ਬਸ ਅੱਧੇ ਅੱਧੇ ਆਪਣੇ ਆਪਣੀ ਜੋਬ ਆ ਜੀ ਉਹ ਚਲਾ ਰਹੇ ਹੋ ਬਿਲਕੁਲ ਤਿਆਰ ਹੋ ਕੇ ਜਾਂਦੇ ਹੋ ਠੀਕ ਹੈ ਗੱਲ ਬਿਲਕੁਲ ਠੀਕ ਚੰਦ ਕਮਲ ਸਿੰਘ ਖੋਸਾ ਹੋਣੀ ਬਹੁਤ ਚਿਰ ਦੇ ਉੱਥੇ ਟੈਕਸੀ ਚਲਾਉਂਦੇ ਨੇ ਬਹੁਤ ਬੰਦਿਆਂ ਨੇ ਬੜਾ ਰੌਲਾ ਰੱਖਿਆ ਵੀ ਆਹ ਕਰ ਲਈਏ ਆਹ ਕਰ ਲਈਏ ਚਲੋ ਫਿਰ ਵੀ ਮੈਂ ਉਹ ਵੀ ਲੁੱਟ ਬਰਾਬਰੇ ਹੋਈ ਹੈ ਉਹਨਾਂ ਦੀ ਵੀ ਉਨੀ ਹੋਈ ਹੈ ਤੁਹਾਡੀ ਵੀ ਉਨੀ ਹੋਈ ਹੈ ਮੈਂ ਇਹਦੇ ਚ ਨੀ ਪੈਣਾ ਹਾਂ ਇਕੱਠੇ ਹੋ ਜਾਂਦੇ ਤਾਂ ਮੇਰਾ ਖੁਸ਼ੀ ਅੱਛਾ ਹੁਣ ਜਿਹੜੀ ਗੱਲ ਕੱਲ ਦੀ ਇੱਕ ਨਿਊਜ਼ ਚੱਲ ਰਹੀ ਹੈ ਉਹ ਇਹ ਆ ਬਈ ਜਿਹੜੇ
अपने कनेडा की वड्डी न्यूज है जिहड़ी स्वाद नाल भी सुनाई जा रही है वो यह है भी जिहड़े किसान मोर्चे के समर्थक होके इत्थे जिहड़ा वो करदे सी मजारे उन्हां नूं हले पता नहीं हुण किहदे किहदा किहदी किहदे बारे किहदा कैंसल होए ने वीजे ते की होए ने पर खबर उत्थों आई है ते उत्थों छपियां भी ने ते वी हां हां क्योंकि जे शुरू हुई खबर आई पहला सीकुएंस यह सी दर्शन धालीवाल नूं मोड़िया गया दर्शन धालीवाल तो बाद दर्शन धालीवाल नूं लोकां दे नाल जिहड़े मजारे वालिआं दे नाल शुरुआत के तौर पर पहले तो यह गल की भी संभालक उसनू मोड़ के बाकियां समझाउणगे वी भाई असीं तुहाडे वीजे कैंसल कर देना एक चीज परदेसी सिखां लई ते खालसा दे लई बहुत वड्डी एक तलवार रही ब्लैकलिस्ट 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 84-84 तो शुरू हुई बदनाम इत्थे अफसर आए उन्होंने पा दिते कढ ते जां इत्थों ਪਵਾਉਣ ਵਾਲੇ ਕਢਾਉਣ ਵਾਲੇ ਪਵਾਉਣ ਵਾਲੇ ਇੱਥੋਂ ਹੀ ਜਾ ਕੇ ਦੱਸਦੇ ਰਹੇ ਫਲਾਣੇ ਦਾ ਪਾ ਦਿਓ ਫਲਾਣੇ ਦਾ ਕੱਢ ਦਿਓ ਫਲਾਣੇ ਦਾ ਪਾ ਦਿਓ ਫਲਾਣੇ ਦਾ ਕੱਢ ਦਿਓ ਪਰ ਬਹੁਤਿਆਂ ਨੇ ਮਿਹਨਤ ਕੀਤੀ ਕਿ ਯਾਰ ਇਹ ਲਿਸਟ ਕਾਹਦੇ ਲਈ ਹੈ ਇਹ ਕਿਉਂ ਲਿਸਟ ਦੱਸ ਜਾਂਦੇ ਰਹੇ ਕਦੇ ਨਿਊਯਾਰਕ ਚਲੇ ਗਏ ਕਦੇ ਕਿਤੇ ਚਲੇ ਗਏ ਜਿਹਨੇ ਵੀ ਜਿੰਨਾ ਕੰਮ ਕੀਤਾ ਵੀ ਕਿਉਂ ਬੰਦਿਸ਼ ਹੋਵੇ ਕਿਸੇ ਨੂੰ ਉਸ ਦੇਸ਼ ਚ ਜਾਣ ਲਈ ਕਈ ਗਲਤੀ ਕੀਤੀ ਆ ਉਹਨੇ ਕੋਈ ਚਾਰਜ ਉਹਦੇ ਤੇ ਹੋਣ ਤੁਹਾਡੇ ਦੇਸ਼ ਚ ਉੱਥੇ ਆ ਕੇ ਕੋਈ बंदे मारे होण कोई इहो जी साजिश कीती होवे देश तोड़न दी गल कीती होवे तुहाडे कोल सबूत होवे सो बिल्कुल सजा दो गया बंदा उत्थे उसनूं उस देश दे विच कुछ अजिही गल जिहड़ी उहने कीती होवे उह फड़िया होवे मतलब क्रिएट ना कीता होवे फड़िया होवे ते बई फिर उह मन सकदे उस गल दी हुण किसानां दे तुसीं खड़ जाओ स्कॉट रोड ते जाके हर दूजी गड्डी ते स्टिकर आ मैं किसान मोर्चे का समर्थक हाँ इतने के जवाकों के बड़िया के छोटिया के ट्रकों से ट्रेलर से हर जगह हमने लिस्टा जड़िया नवा काम शुरू किया बी ओसीआई कार्ड उत्थे ओसीआई कार्ड का किसी को पता नहीं लगना तो गया ही दिल्ली एयरपोर्ट से जब मोड़ना जदे पता लगना हम ये कोल होना ही है ओसीआई दर्शन धालीवाल को ओसीआई इन्हों को जाते ही रहते हैं जेडे कि वीजा लेंदा है 10-10 साल के जिन्हें तो नवा वीजा लेके जाना उनका पता लग जो वीजा रिफ्यूज करता लो भाई जाई ना जिन्हें 10 साल का वीजा 5 साल का उन्होंने भी उत्थे पता लगना जाके हुण यह जिहड़ी शुरुआत हुई है इहदा की कारण है भी तुसीं इत्थे बैठ के बोलो ना इहनूं किहने क्रिएट कराया हो किहने की कीता होगा किहने लिस्टां बनाईआं कित्थों उहनां नूं सुल बिल मिली किहने दस्सिआ है कौण ने जिहड़े विच बैठे इह काम कर रहे हन किसे नहीं किसे भी इकट्ठ दे नहीं इकट्ठा होना उहदा की दोष है बंदिआं दा जे किसे भी रैली चो इकट्ठे हो गए काहदा दोष है उहनां इत्थे दे कानून दे हिसाब नाल इत्थे दे कानून नूं मन के कर रहे ने इत्थे भारत है कि इह तां कनेडा कनेडा दी धरती ते भारत लई उहनां ने की माड़ा करता जिहदे लई उहनां दे वीजे जिहड़े ने बैन होए ने इत्थे बैठे ने की कीता उहनां ने कुछ नहीं कीता उत्थे नहीं गए उत्थे कुछ काम नहीं किया इत्थे कोई साजिश नहीं रची इत्थे दे कानून दी अगर कोई उलंघना नहीं की तो काहदे लई उन्होंने वीजे फिर मतलब हुण तुसीं इह चाहुंदे आ वी मतलब होर हुण इहदे च जिहड़े ब्लैकलिस्ट कीते ने उह तां लिस्ट है नहीं 2-4 रह गए बंदे उह मारदे ताड़ियां उह कहिंदे देख साडी लिस्ट वध गई हुण सवाद आऊ पहलां भी मैं सुणियां ने गल्लां गुरद्वारे च जे किसे नूं ब्लैकलिस्ट च पाउणा ताड़ियां मारनी तेरा सवाद आ गया साडे वाली लिस्ट वध गई इहदा मतलब भारत सरकार जान के बंदयां नूं धक्क रही है भी तुसीं साडे देश दे खिलाफ काम करो मैं फिर कहना भी ठीक है जिहड़े तुहानूं लगदा भी साडे देश दे विच इत्थे कुछ गलत करना चाहुंदे ने उहनां दे कोई साजिश है उहनां दा कोई फंड करदे ने कोई हथियार भेजदे ने किसे भी सॉवरन देश दे विच कनेडा च कोई भेजे कनेडा वाले भी दुखी होणगे उह ग्रुप दा उह करना चाहे उहनां लई सही लगे जां गलत लगे किसे देश लई उह सही नहीं है वो अपने तरीके नाल सही रखण उहनूं बई यस आ चीज आ असीं आ करनी आ इहदा आ बेस है इहदा वो गल ठीक है पर उह देश लई गलत आ तां देश उस ते चार्ज करेगा
ਐਡੀ ਵੱਡੀ ਇੱਕ ਪਰਿਵਾਰ ਹੈ ਜਿਹੜੀ ਵੀਜ਼ੇ ਦੀ ਬਦਲਣ ਦੀ ਬਲੈਕਲਿਸਟ ਕਰਨ ਦੀ, ਜਿਹਦੇ ਕਰਕੇ ਬੰਦਾ ਫਿਰ ਤੜਫਦਾ ਤੇ ਜਿੱਦਣ ਉਹਨੂੰ ਇਹ ਗੱਲ ਦਾ ਪਤਾ ਲੱਗਾ ਵੀ ਸਾਡਾ ਤਾਂ ਹੁਣ ਅਸੀਂ ਜਾਣ ਜੋਗੇ ਹੈ ਨੀ, ਉਹਨੇ ਫਿਰ ਟਿੱਕੇ ਨੀ ਬਹਿੰਦਾ, ਅੱਖੋਂ ਪਰੇ ਜੱਗ ਮਰੇ ਹੋਇਆ ਜਾਣਾ ਨੀ, ਫਿਰ ਚੱਲ ਫਿਰ ਇੱਧਰ ਨੂੰ ਚਲੋ, ਉਹਨੇ ਉੱਥੇ ਨਫ਼ਰਤ ਹੋਰ ਫੈਲਾਉਣੀ ਆ ਕਿ ਘੱਟ ਫੈਲਾਉਣੀ, ਉਹ ਤਾਂ ਫਿਰ ਹੁਣ ਉੱਥੇ ਲੱਖਾਂ ਹੀ ਬੈਠੇ ਨੇ ਉਹਨਾਂ ਵਾਂਗੂ ਹੀ, ਇਹ ਨੇ ਕੀ ਕਸੂਰ ਹੈ, ਦੁਨੀਆਂ ਦੇ ਵਿੱਚ ਸਾਰੀ ਜਗ੍ਹਾ ਮਜਾਰੇ ਹੋਏ ਨੇ, ਅਪ ਸ਼ਬਦ ਕਿਸੇ ਨੂੰ ਬੋਲਿਆ ਕੋਈ ਇੱਥੇ ਬੰਦਾ ਆਇਆ ਉਹਨੂੰ ਗਲਤ ਕੀਤਾ, ਕਿਸੇ ਨੂੰ ਭਾਰਤੀ ਕਿਸੇ ਡੈਲੀਗੇਸ਼ਨ ਨੂੰ ਨੁਕਸਾਨ ਪਹੁੰਚਾਇਆ, ਇੱਥੇ ਸਰੀ ਵਰਗੇ ਸ਼ਹਿਰਾਂ ਦੇ ਵਿੱਚ ਇਸ ਸੰਘਰਸ਼ ਦੇ ਇਸ ਮੋਰਚੇ ਦੇ ਸਮੇਂ ਹਾਈ ਕਮਿਸ਼ਨਰ ਆ ਕੇ ਗਿਆ ਓਟਵਾ ਤੋਂ, ਕਿਸੇ ਨੇ ਉਹਨੂੰ ਕੁਛ ਨੀ ਕਿਹਾ, ਉਹਦਾ ਆਪਣਾ ਇੱਕ ਕੰਮ ਹੈ, ਉਹ ਕਿਹੜਾ ਸਰਕਾਰ ਹੈ, ਇੰਡੀਅਨ ਫੋਰਨ ਸਰਵਿਸਿਸ ਦੇ ਬੰਦੇ ਨੇ ਉਹ ਕੰਮ ਕਰਦੇ ਨੇ, ਉਹ ਪੋਲੀਟੀਕਲ ਪਾਰਟੀ ਦੇ ਤਾਂ ਬੰਦੇ ਹੈ ਨੀ ਕਿਸੇ ਦੇ, ਵੀ ਜਿਹੜਾ ਉਹਨਾਂ ਦਾ ਕੋਈ ਜਿਹੜਾ ਕਰੇ, ਹਾਂ ਜਿੱਥੇ ਉਹਨਾਂ ਦਾ ਦਫ਼ਤਰ ਆ ਉੱਥੇ ਬਾਹਰ ਜਾ ਕੇ ਮੁਜ਼ਾਹਰਾ ਕਰਦੇ ਰਹੇ ਨੇ, ਵੈਨਕੂਵਰ ਜਾਂਦੇ ਰਹੇ ਨੇ, ਬਹੁਤ ਇਕੱਠ ਕਰਕੇ ਸਰੀ ਚੋਂ ਜਾਂਦੇ ਰਹੇ ਨੇ, ਉਹ ਵੀ ਜਦ ਇੱਕ ਵਾਰ ਤੋਂ ਬਾਅਦ ਦੁਬਾਰਾ ਗਏ ਫਿਰ ਸਾਰੇ ਕਹਿਣ ਲੱਗੇ ਵੀ ਯਾਰ ਛੱਡੋ ਇੱਕ ਵਾਰ ਹੁਣ ਜਾਇਆ ਆਪਾਂ, ਮੁੜ ਮੁੜ ਕੇ ਕਿਉਂ ਜਾਂਦੇ ਹਾਂ ਉੱਥੇ, ਰਾਹ ਚ ਲੋਕਾਂ ਨੂੰ ਤੰਗ ਕਰਦੇ ਹਾਂ, ਇੱਕ ਬਹੁਤ ਵੱਡਾ ਮੁਜ਼ਾਹਰਾ ਕਰ ਦਿੱਤਾ ਆਪਾਂ। ਫਿਰ ਉਸ ਗੱਲ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਪੱਕੀਆਂ ਟਿਕਟਸ ਲਾ ਤੀਆਂ, ਸਰੀ ਦੇ ਵਿੱਚ ਐਬਸਪੋਰਟ ਦੇ ਵਿੱਚ ਪੱਕੀਆਂ ਚੱਲ ਰਹੀਆਂ ਨੇ, ਸਾਲ ਸਾਲ ਹੋ ਗਿਆ, ਪਰ ਉਹ ਹਾਰਨ ਤਾਂ ਕਰ ਨਹੀਂ ਰਹੇ ਕਿਸੇ ਨੂੰ, ਉਹ ਆਪਣੇ ਭਾਈਆਂ ਲਈ, ਆਪਣੀ ਨੇਸ਼ਨ ਲਈ, ਆਪਣੇ ਦੇਸ਼ ਲਈ, ਆਪਣੀ ਧਰਤ ਦੇ ਲਈ ਤੜਫਦੇ ਨੇ, ਉਹ ਵੀ ਅਸੀਂ ਕੀ ਕਰਾਂਗੇ, ਸਾਡੀਆਂ ਜ਼ਮੀਨਾਂ ਖੋਹ ਲਈਆਂ, ਅਸੀਂ ਤਾਂ ਮਰ ਜਾਵਾਂਗੇ, ਅਸੀਂ ਕਿੱਥੇ ਨੂੰ ਜਾਵਾਂਗੇ, ਸਾਡੇ ਮੁਕੱਦਸ ਸਥਾਨ ਉੱਥੇ ਨੇ। ਅੱਛਾ ਦੂਜੇ ਬੰਨੇ ਤੁਸੀਂ ਕਦੇ ਸਿੱਕੇ, ਕਦੇ ਗੁਰੂ ਨਾਨਕ ਸਾਡੇ ਚੋਂ, ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਅਸੀਂ ਸਾਡੇ ਨੌਵੇਂ ਪਾਤਸ਼ਾਹ, ਇਹਨਾਂ ਨੇ ਸਾਡੇ ਧਰਮ ਦੇ ਲਈ, ਬੀਜੇਪੀ ਇਹ ਗੱਲ ਕਰ ਰਹੀ ਆ, ਆਰ ਐਸ ਐਸ ਕਰ ਰਹੇ ਨੇ ਸਾਡੇ ਚੋਂ, ਤੁਸੀਂ ਇੱਥੇ ਵੀ ਆਉਂਦੇ ਆ ਕਹਿੰਦੇ ਤੁਸੀਂ ਅਲੱਗ ਨੀ ਸਾਡੇ ਚੋਂ, ਐਡਾ ਜ਼ਹਿਰ ਆ ਅੰਦਰ, ਕਿਸੇ ਬਣੇ ਬਣਾਏ ਧਰਮ ਨੂੰ, ਇੱਕ ਬਣੀ ਬਣਾਈ ਕੌਮ ਨੂੰ ਤੁਸੀਂ ਨਿਕਲਣ ਦੇ ਲਈ ਇਹ ਕਹਿ ਰਹੇ ਤੁਸੀਂ ਸਾਡੇ ਚੋਂ, ਇਹ ਕਿਹੜੀ ਅਕਲ ਆ ਇਹ, ਸੱਤਰੇ ਬਹੱਤਰੇ ਕਈਆਂ ਦਾ ਦਿਮਾਗ ਘੁੰਮ ਜਾਂਦਾ। ਇਹ ਜਿਹੜੀ ਹੁਣ ਉਹਨਾਂ ਨੂੰ ਤੁਸੀਂ ਕਾਹਦੇ ਲਈ, ਜਿਹੜਾ ਉਹ ਕੀ ਮਹਿਸੂਸ ਕਰਾ ਕੇ ਉਹਨਾਂ ਨੂੰ ਬਲੈਕਲਿਸਟ ਕਰ ਰਹੇ ਹੋ, ਵੀਜ਼ੇ ਕੈਂਸਲ, ਵੀ ਇਹ ਹੈ ਗੋਡਣੀਆਂ ਲਾਓ ਤੁਸੀਂ ਪੰਜਾਬ ਲਈ ਗੱਲ ਨਾ ਕਰੋ, ਤੇ ਬੇਸ ਕੀ ਹੈ, ਕਿਹੜੀ ਗੱਲ, ਕੋਈ ਸਾਜਿਸ਼, ਕੋਈ ਛਾਪੋ ਪੇਪਰ ਚ ਭਾਈ ਆਹ ਬੰਦੇ ਦੱਸ ਬੈਠੇ ਸੀ ਇਹ ਦੇਸ਼ ਦੇ ਖਿਲਾਫ਼, ਦੇਸ਼ ਨੂੰ ਤੋੜਨ ਲਈ, ਦੇਸ਼ ਦੇ ਵਿੱਚ ਹਿੰਸਾ ਕਰਾਉਣ ਦੇ ਲਈ ਆਹ ਸਾਜਿਸ਼ ਦੱਸ ਰਹੇ, ਤੁਹਾਡਾ ਮੰਤਰੀ ਦਾ ਪੁੱਤ ਸ਼ਰਮ ਗੱਡੀਆਂ ਚੜਾ ਦਿੰਦਾ ਉੱਪਰ ਲਿਆ ਕੇ, ਤੇ ਉਹ ਤੁਹਾਡਾ ਗ੍ਰਹਿ ਮੰਤਰੀ ਛੋਟਾ ਹੋਵੇ, ਤੇ ਇਸੇ ਸਾੜੇ ਦੇ ਵਿੱਚੋਂ ਜਾਂ ਕੋਈ ਡੈਲੀਗੇਸ਼ਨ ਉਹਦਾ ਅਗਲੇ ਸੜਕਾਂ ਤੇ ਆ ਜਾਂਦਾ ਪੂਰੇ, ਫਿਰ ਉਹਨਾਂ ਨੂੰ ਕਹਿੰਦੇ ਗਲਤ ਬੋਲਦੇ ਜੀ, ਗਾਲਾਂ ਪਕੜਦੇ ਜੀ, ਅਵਾ ਤਵਾ ਬੋਲਦੇ ਆ, ਜੇ ਬੋਲਦੇ ਤੇ ਕਰੂ ਬੰਦਾ ਦੁਖੀ, ਕਿਸੇ ਨੂੰ ਉਹਦੇ ਹੱਕ ਤੋਂ ਤੁਸੀਂ ਬਿਰਵਾ ਕਰਦੇ ਹੋ, ਕਿਸੇ ਨੂੰ ਉਹਦੇ ਹੱਕ ਤੋਂ ਤੁਸੀਂ ਕਹਿੰਦੇ ਵੀ ਤੂੰ ਇੱਥੇ ਦਾ ਇੱਥੇ ਨੀ ਆ ਸਕਦਾ, ਤੂੰ ਨੀ ਇੱਥੇ ਆ ਸਕਦਾ, ਬੰਦ। ਤੇ ਜਿਹੜੇ ਟੁੱਕੜ ਬੋਚ ਇਹ ਲਿਸਟਾਂ ਬਣਾਉਣ ਦੇ ਲਈ ਸਹਾਈ ਹੋ ਰਹੇ ਨੇ, ਉਹਨਾਂ ਨੇ ਲੋਕਾਂ ਚ ਨੀ ਲੈਣਾ, ਉਹਨਾਂ ਦਾ ਨੀ ਪਤਾ ਲੱਗੂ ਲੋਕਾਂ ਨੂੰ, ਸਭ ਕੁਝ ਦੱਸ ਦਿੰਦੇ ਨੇ ਉਹ, ਜਿਹੜਾ ਚੂਪ ਕੇ ਗੰਨਾ ਕਿਸੇ ਨੇ ਜੇਬ ਚ ਪਾਇਆ ਛਿੱਲੜ, ਉਹ ਤਾਂ ਗੰਨਾ ਇਹਨੂੰ ਐ ਲੱਗਦਾ ਹੁੰਦਾ ਵੀ ਮੈਂ ਗੰਨਾ ਹੈ, ਜਾਂ ਚੂਪ ਲੈਣਾ ਲੱਗਦਾ ਸਿੱਧ ਪਰਾਂ, ਇਉਂ ਹੀ ਇਹਨਾਂ ਨਾਲ ਹੋਣਾ। ਅਗਲੇ ਕਹਿਣਗੇ ਬਸ ਤੁਹਾਡੀ ਇਨਫੋਰਮੇਸ਼ਨ ਲੈ ਲਈ, ਦੱਸ ਦਿੰਦੇ ਨੇ, ਅਗਲੇ ਕਹਿੰਦੇ ਫਲਾਣਾ ਇਨਫੋਰਮੇਸ਼ਨ ਦਿੰਦਾ ਸਨ, ਫਿਰ ਕਿੱਥੇ ਰਹੋਗੇ, ਕਿਹਨਾਂ ਚ ਦੱਸੋਗੇ, ਕੀ ਬਣੂਗਾ। ਕਈ ਵਾਰ ਨਾ ਗਰਮੈਸ਼ ਦੇ ਵਿੱਚ ਬੜਾ ਹੁੰਦਾ ਵੀ ਮੈਂ ਉਹਦੇ ਨੇੜੇ ਲੱਗ ਜਾ, ਮੈਂ ਫਲਾਣੇ ਅਫਸਰ ਦੇ ਨੇੜੇ ਲੱਗ ਜਾ, ਮੈਂ ਉਹਦੇ ਗੁਣ ਗਾ ਲਵਾਂ ਤੇ ਮੈਂ ਆਹ ਕਰ ਦਵਾਂ, ਕੀ ਕੱਢ ਪਾ ਲਓਗੇ ਇਹਦੇ ਚ, ਕੌਮ ਨਾਲ ਭਾਈਆਂ ਨਾਲ ਗਦਾਰੀ ਕਰਕੇ ਕੀ ਕੱਢ ਪਾ ਲਓਗੇ। ਉਹ ਦੇਸ਼ ਉਹਨਾਂ ਦਾ ਦਫ਼ਤਰ ਹੈ, ਉਹਨਾਂ ਦੇ ਕੋਲ ਅਫੀਸਰ ਨੇ, ਉਹਨਾਂ ਦੇ ਕੋਲ ਕੌਂਸਲ ਜਨਰਲ ਆ, ਛੋਟਾ ਹੈ, ਉਹਨਾਂ ਦਾ ਅਮਲਾ ਲੱਭ ਲੈਣਾ ਆਪ ਕਮਿਊਨਿਟੀ ਦੇ ਵਿੱਚੋਂ, ਭਾਈ ਕਿਹੜਾ ਗਲਤ ਕਰਦਾ। ਉਹ ਯਾਰ ਉਹ ਸਿਵਲ ਸਰਵਿਸ ਦਾ ਐਗਜ਼ਾਮ ਉਹਨਾਂ ਨੇ ਕਲੀਅਰ ਕੀਤਾ, ਇੰਟਲੈਕਚੁਅਲ ਲੋਕ ਨੇ, ਤੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਇੱਥੇ ਬੈਠੇ ਕੀ ਕਰਦੇ ਨੇ, ਦਿਹਾੜੀ ਜੋਤੇ ਵਾਲੇ ਬੰਦੇ ਐਤਵਾਰ ਨੂੰ ਮਸਾਂ ਇਕੱਠੇ ਹੋ ਕੇ ਕਿਹੜਾ ਦੇਸ਼ ਦੇ ਖਿਲਾਫ ਉਹਨਾਂ ਨੇ ਸਾਜਿਸ਼ ਕਰ ਲਈ ਜਿਹੜਾ ਤੁਸੀਂ ਉਹਨਾਂ ਦੇ ਵੀਜ਼ੇ ਕੈਂਸਲ ਕਰਦੇ, ਕਿਉਂ ਕਰਦੇ ਹੋ, ਇਹਦੇ ਨਾਲ ਕੀ ਵਧੂਗਾ। ਕਹਿੰਦੇ ਨੇ ਨਾ ਬਾਹਰ ਬੈਠੇ ਨੇ ਜਿੰਨੇ ਪੰਜਾਬ ਦੇ, ਉਹ ਕਹਿੰਦੇ 3 ਲੱਖ ਕਰੋੜ ਹੈ, ਲਿਆ ਦੋ ਸਾਨੂੰ ਹੱਕ ਤੇ ਸਾਡਾ ਆਹ ਚੀਜ਼ਾਂ ਮੋੜੋ ਤੇ ਵੱਧ ਅਧਿਕਾਰ ਦਿਓ ਤੇ ਤੁਹਾਨੂੰ ਅਸੀਂ ਕਰਜ਼ਾ ਲਾ ਕੇ ਦਿਖਾਈਏ ਤੇ ਤੁਹਾਨੂੰ ਦੇ ਸਾਡਾ ਸੂਬਾ ਚਲਾ ਕੇ ਦਿਖਾਈਏ।
ਜਿਹੜੇ ਇੱਥੇ ਅੱਜ ਆਏ ਹੋਏ ਨੇ ਇਹਨਾਂ ਦੇ 40 ਵਰੇ ਇਹਨਾਂ ਦੇ ਜਾਂ ਇਹਨਾਂ ਦੇ ਮਾਪਿਆਂ ਨੇ ਕੈਂਸਰ ਵਾਲੀਆਂ ਟ੍ਰੇਨਾਂ ਦੇ ਵਿੱਚ ਸਿਰਹਾਣੇ ਲਾ ਲਏ ਪਰ ਤੁਹਾਡੇ ਦੇਸ਼ ਦਾ ਢਿੱਡ ਭਰਿਆ ਇਹਨਾਂ ਨੇ। ਅਹਿਸਾਨ ਫਰਾਮੋਸ਼ ਨੂੰ ਜਿਹੜਾ ਅਹਿਸਾਨ ਫਰਾਮੋਸ਼ ਹੁੰਦਾ ਉਹਨੂੰ ਧਰਤੀ ਵੀ ਜਿਹੜੀ ਜਗ੍ਹਾ ਨਹੀਂ ਦਿੰਦੀ। ਚੌਲ ਨਹੀਂ ਸੀ ਇਹ ਖਾਂਦੇ ਪਰ ਇਹ ਚੌਲ ਕਿਹਨਾਂ ਲਈ ਉਗਾਏ? ਉੱਜੜ ਗਏ ਨਾ ਆਪ, ਪਾਣੀ ਮੁਕਾ ਲਿਆ, ਜ਼ਹਿਰ ਜਿਹੜੀ ਜੀਰਗੀ ਹੱਦਾਂ ਚ ਖਤਮ ਹੋ ਗਏ। ਸਫੈਦੇ ਅਗਾ ਅਗਾ ਕੇ ਤੁਹਾਡੇ ਪੇਪਰ ਮਿਲਣ ਦੀਆਂ ਚੀਜ਼ਾਂ ਪੂਰੀਆਂ ਕਰ ਲਈਆਂ। ਸਫੈਦਾ ਤਾਂ ਇਹਨਾਂ ਦੀ ਧਰਤੀ ਲਈ ਹੈ ਨਹੀਂ ਸੀ, ਚੌਲ ਇਹਨਾਂ ਦੀ ਧਰਤੀ ਲਈ ਹੈ ਨਹੀਂ ਸੀ। ਆਪ ਉੱਜੜ ਗਏ, ਸਪਰੇਆਂ ਤੇ ਰੇਹਾਂ ਦੇ ਨਾਲ ਧਰਤੀ ਉੱਜੜ ਗਈ। ਆਉਣ ਵਾਲੇ 10 ਸਾਲਾਂ ਚ ਪਾਣੀ ਮੁੱਕ ਜੂ, ਕਿਹਨੇ ਦੇਣਾ ਪਾਣੀ ਸਾਨੂੰ? ਹਿਮਾਚਲ ਦੇ ਦੂ? ਨਾ, ਉਹਨਾਂ ਨੇ ਨੀ ਦੇਣਾ। ਹਰਿਆਣਾ ਦੇ ਦੂ? ਨਹੀਂ, ਉਹਨਾਂ ਨੇ ਨੀ ਦੇਣਾ। ਜੇ ਇਹਨਾਂ ਨੇ ਨੀ ਕੀਤੇ, ਇਹਨਾਂ ਦੇ ਮਾਪਿਆਂ ਨੇ ਢਿੱਡ ਭਰਿਆ ਉਹ ਦੇਸ਼ ਦਾ। ਇਸ ਇਹਨਾਂ ਦੇ ਮਾਪਿਆਂ ਨੇ, ਚਾਚੇ ਤਾਇਆ ਫੁੱਫੜਾਂ ਨੇ ਮਾਮਿਆਂ ਨੇ ਦੇਸ਼ ਦੀ ਸਰਹੱਦ ਤੇ ਜਾਨਾਂ ਵਾਰੀਆਂ, ਵੱਢ ਟੁੱਕ ਕਰਾਈ। ਪੈਟਰਨ ਟੈਂਕ ਆਉਂਦੇ ਸੀ ਭੱਜੇ ਤੇ ਬੰਨ ਬੰਨ ਕੇ ਛਾਤੀਆਂ ਇਹ ਪੈਟਰਨ ਟੈਂਕਾਂ ਦੇ ਥੱਲੇ ਵੜ ਗਏ। ਇਹ ਉਹ ਕੌਮ ਹੈ ਜਿਹਨਾਂ ਨੂੰ ਬਲੈਕ ਲਿਸਟਾਂ ਚ ਤੁਸੀਂ ਪਾਉਣ ਲੱਗੇ ਹੋ। ਅੱਧਾ ਪੰਜਾਬ ਨੱਪ ਲੈਣਾ ਸੀ, ਆ ਗਿਆ ਸੀ ਦਿੱਲੀ ਇੰਸਟਰਕਸ਼ਨ ਛੱਡਿਆ, ਉਹ ਪਿੱਛੇ ਹਟ ਜਾਓ। ਉਹ ਕਹਿੰਦੇ ਨਾ, ਦਰਬਾਰ ਸਾਹਿਬ ਆ ਸਾਡਾ, ਖਬਰਦਾਰ ਇੱਧਰ ਆਏ ਹੋ ਤੁਸੀਂ। ਕਹਿੰਦੇ ਟੈਂਕ ਇਹ ਟੁੱਟਦਾ ਨੀ। ਉਹ ਕਹਿੰਦੇ ਟੁੱਟੂਗਾ, ਟੁੱਟੂ ਕਿਉਂ ਨੀ? ਬੰਨ ਕੇ ਛਾਤੀ ਨਾਲ ਥੱਲੇ ਵੜ ਗਿਆ। ਕਹਿੰਦੇ ਸਿਲਾ ਕੀ ਮਿਲਦਾ? ਚੱਲ ਆਜ਼ਾਦ ਕਰਾ ਲਿਆ ਦੇਸ਼, ਵੱਧ ਦੇ ਤੇ ਸਿਰ ਕਰਦੇ ਤੇ ਚੱਲ ਮੈਂ ਗੱਲ ਮੰਨ ਲੈਂਦਾ। ਉਹ ਵੀ ਗੱਲ ਕਹਿਣੋ ਬਹੁਤ ਔਖੇ ਹੁੰਦੇ ਨੇ ਵੀ ਕਿਉਂ ਕਹਿਣੇ, ਹੁਣ ਦੇਸ਼ ਵੀ ਤੁਹਾਡਾ ਹੈਗਾ ਹੀ ਹੈ, ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜਾ ਕੁਛ ਕਰ ਰਹੇ ਆ ਉਹਦਾ ਕੀ ਕਾਰਨ? ਆਮ ਬੰਦਾ ਕਿਉਂ ਹਾਲਟ ਹੋ ਗਏ? ਕਿਹੜੀ ਵਿਚਾਰਧਾਰਾ ਕਰਕੇ ਉਹ ਹਾਲਟ ਹੋ ਗਏ? ਸਿਰਫ ਆਪਣੇ ਪਿੰਡ, ਆਪਣੇ ਭਾਈਆਂ, ਚਾਚਿਆਂ, ਤਾਇਆਂ ਦੀ ਜ਼ਮੀਨ ਦੇ ਹੱਕ ਦੇ ਲਈ ਬੈਠਾ ਰਹੋ? ਇਹ ਉਹਨਾਂ ਲੋਕਾਂ ਨੂੰ ਹਾਸ਼ੀਏ ਤੇ ਤੁਸੀਂ ਕਰ ਰਹੇ ਆ ਉਦੇਸ਼ ਚੇਲੇ ਬਾਲ ਕੇ, ਜਿਹੜੇ ਉਸ ਦੇਸ਼ ਦੀ ਖੈਰ ਮਨਾਉਂਦੇ। ਇੱਥੇ ਗਰਮ ਖਿਆਲੀ ਲੋਕਾਂ ਦੇ ਵੀ ਖਿਲਾਫ ਹੁੰਦੇ ਨੇ। ਉਹ ਕਹਿੰਦੇ ਨਾ ਨਾ, ਅਸੀਂ ਨੀ ਇਹ ਗੱਲ ਤੁਹਾਡੇ ਨਾਲ ਹੱਕ। ਹੁਣ ਉਹਨਾਂ ਨੂੰ ਵੀ ਉਹ ਵੀ ਸਾਊ ਬਣ ਕੇ ਵੀ ਕਹਿੰਦੇ ਨਾ, ਤੁਸੀਂ ਵੀ ਚਲੋ ਖੁੰਜੇ। ਹੁਣ ਲਿਸਟ ਆਉਣੀ ਨੀ, ਨੌ ਕਿਹਦਾ ਪਿਆ ਹੋਇਆ ਪਤਾ ਨੀ ਲੱਗਣਾ, ਦਿੱਲੀ ਗਏ ਨੂੰ ਕਿਹਨੂੰ ਬੋਲਣਾ, ਟੱਬਰ ਦੇ ਸਾਹਮਣੇ ਜਲੀਲ ਕਰਨਾ, ਉਹ ਰੱਬ ਜਾਣਦਾ। ਇਹ ਜਿਹੜੀ ਨਵੀਂ ਇਹ ਪਿਰਤ ਪਾਈ ਹੈ, ਇਹ ਪਿਰਤ ਦੀ ਆਵਾਜ਼ ਜਿਹੜੀ ਗੂੰਜ ਹੈ 5-6 ਮਹੀਨਿਆਂ ਦੀ ਆ ਰਹੀ ਹੈ, ਤੁਸੀਂ ਸੁਣ ਰਹੇ ਹੋ ਵਾਲਦਾ। ਇਹਦੇ ਆਰਕੀਟੈਕਟ ਇਹੀ ਲੋਕ ਨੇ ਜਿਹਨਾਂ ਨੇ ਉਸ ਸੰਘਰਸ਼, ਉਸ ਮੋਰਚੇ ਦੇ ਖਿਲਾਫ ਐਨ ਭਿੰਨ ਕੇ ਪੂਰਾ ਚੇਲੇ ਬਣ ਕੇ ਪਿੱਛੇ ਪ੍ਰਚਾਰ ਕੀਤਾ, ਤੇ ਉਹੀ ਇਹਦੇ ਜ਼ਿੰਮੇਵਾਰ। ਇੱਥੇ ਹੋ ਸਕਦੇ ਨੇ, ਦੂਜੇ ਗੁਆਂਢੀ ਦੇਸ਼ ਚ ਹੋ ਸਕਦੇ ਨੇ, ਜਿਹਨਾਂ ਨੂੰ ਲਿਆ ਕੇ ਬੁਲਵਾਇਆ ਜਾਂਦਾ, ਉਹ ਆਰਕੀਟੈਕਟ ਨੇ ਇਹਦੇ। ਜਿਹੜੇ ਨਵੇਂ ਨਵੇਂ ਥਾਣੇਦਾਰ ਬਣੇ ਨੇ ਨਾ, ਉਹ ਵਰਦੀ ਰਾਤ ਨੂੰ ਸੁੱਤੇ ਪਿਆ ਵੀ ਨੀ ਲਾਉਂਦੇ ਹੁੰਦੇ ਵੀ ਮਸਾਂ ਬਣਿਆ ਥਾਣੇਦਾਰ। ਉਹਨਾਂ ਨੂੰ ਚਾਅ ਹੁੰਦਾ ਵੀ ਆਹ ਕਰਦੀ ਆ, ਆਹ ਕਰਦੀ ਆ, ਆਹ ਕਰਦੀ। ਪਰ ਆਪਣਿਆਂ ਨਾਲ ਵਿਸ਼ਵਾਸਘਾਤ ਕਰਕੇ ਕੋਈ ਵੱਡਾ ਨਹੀਂ ਹੋਇਆ ਅੱਜ ਤੱਕ। ਇਹਦਾ ਕਾਰਨ ਇੱਥੇ ਦੇ ਲੋਕਲ, ਹੁਣ ਲੋਕਲ ਕੌਂਸਲ ਜਨਰਲ ਜਾਂ ਤਾਂ ਦੱਸੇ ਲੋਕਾਂ ਨੂੰ ਆ ਕੇ, ਭਾਈ ਆਹ ਬੰਦਿਆਂ ਦੀ ਲਿਸਟ ਆ, ਆਹ ਇਹਨਾਂ ਦੇ ਦੋਸ਼ ਨੇ, ਦੱਸੋ ਸਾਹਮਣੇ ਆ ਕੇ ਫਿਰ ਵੀ ਆਹ ਅਗਲਾ ਆਪਣੀ ਚੀਜ਼ ਦੀ ਉਹਦੀ ਪੈਰਵੀ ਕਰੇ ਵੀ ਦੱਸੋ ਜੀ ਕੀ ਗਲਤ ਕੀਤਾ ਮੈਂ। ਜਾਂ ਉਹਨਾਂ ਨੂੰ ਧੱਕ ਕੇ ਤੁਸੀਂ ਇੱਕ ਸ਼੍ਰੇਣੀ ਚ ਖੜਾ ਕਰਨਾ ਵੀ ਤੁਸੀਂ ਉਸ ਦੇਸ਼ ਦੇ ਖਿਲਾਫ ਹੋਵੋ, ਫਿਰ ਇਹਦਾ ਮਤਲਬ ਕ੍ਰੀਏਟ ਕਰ ਰਹੇ ਹੋ। ਮਲੋਏ ਕ੍ਰਿਸ਼ਨ ਧਰ ਦੀ ਗੱਲ ਫਿਰ ਤਾਂ ਸੱਚ ਹੋ ਰਹੀ ਹੈ, 84 ਵਾਲੀ ਉਹਦੀ ਖੁੱਲੇ ਭੇਦ ਵਾਲੀ। ਹਾਲੇ ਵੀ ਲੋਕ ਇਸ ਗੱਲ ਤੇ ਬਜ਼ਿੱਦ ਨੇ ਕਿ ਉਸ ਧਰਤੀ ਨੂੰ ਲੋਕ ਪਿਆਰ ਕਰਦੇ ਨੇ, ਲੋਕ ਜਾਂਦੇ ਨੇ ਕਿਉਂਕਿ ਉਹ ਆਪਣੇ ਸੂਬੇ ਚ ਜਾਣਾ ਚਾਹੁੰਦੇ ਆ। ਸਾਡਾ ਹਰਿਮੰਦਰ ਸਾਹਿਬ ਉੱਥੇ ਆ, ਜਿੰਨੇ ਪੈਸੇ ਸਾਡੇ ਕੋਲ ਬਾਹਰ ਨੇ, ਜੇ ਬਾਹਰ ਬਣਦਾ ਹੋਵੇ ਅਸੀਂ ਬਣਾ ਲੈਂਦੇ। ਹੁਣ ਸਾਡੇ ਗੁਰੂ ਉੱਥੇ 238 ਵਰੇ, ਜਿਹਨੇ ਮਨੁੱਖਤਾ ਨੂੰ, ਉਸ ਦੇਸ਼ ਨੂੰ ਜਿਹਦੇ ਜੰਮਿਆ ਹੋਇਆ ਨੇ, ਧਾੜਵੀਆਂ ਨੂੰ ਰੋਕਿਆ ਦਰਾ ਖੈਬਰ ਤੋਂ ਆਉਂਦਿਆਂ ਨੂੰ, ਲੈਜੰਡਰੀ ਸਿਗਲੇ ਬੰਨ ਕੇ ਗੱਡਿਆਂ ਦੇ ਗੱਡੇ ਭਰ ਕੇ। ਹਲੇ ਵੀ ਇਹ ਡੁੱਲੇ ਵੇਰਾਂ ਦਾ ਕੁਛ ਨੀ ਵਿਗੜਿਆ, ਰੀਕੰਸਲੀਏਸ਼ਨ ਹੋਣੀ ਚਾਹੀਦੀ ਹੈ। ਜਿਹੜੇ ਬੈਠੇ ਨੇ ਸ਼ਾਂਤਮਈ ਨਾਲ ਬੈਠੇ ਨੇ, ਉਹ ਬੈਠੇ ਰਹਿਣ, ਗੱਲ ਕਰਨ। ਜੇ ਇਸ ਦੇਸ਼ ਦੇ ਵਿੱਚ ਖਿਲਾਫ ਕੁਛ ਕਰਦੇ, ਦੇਸ਼ ਉਹਨਾਂ ਨੂੰ ਪੀਨਲਾਈਜ਼ ਕਰੇ। ਤੁਸੀਂ ਕਿਉਂ ਪੀਨਲਾਈਜ਼ ਕਰ ਰਹੇ ਹੋ? ਜਿਵੇਂ ਤੁਸੀਂ ਕਹਿ ਰਹੇ ਹੋ ਜੱਗੀ ਜੌਹਲ ਫੜਿਆ ਹੋਇਆ ਵੀ ਸਾਡੇ ਦੇਸ਼ ਦੇ ਖਿਲਾਫ ਇਹ ਇੱਕ ਸਾਜਿਸ਼ ਰਚਦੇ, ਅਸੀਂ ਤਾਂ ਫੜਿਆ ਹੋਇਆ, ਅਸੀਂ ਫ੍ਰੀ, ਜਾਂ ਸਾਡੇ ਕੇਸ ਮੁੱਕ ਜਾਣਗੇ ਅਸੀਂ ਦੇ ਦਾਂਗੇ ਤੁਹਾਨੂੰ।
ਇੱਥੇ ਵਾਲਿਆਂ ਦਾ ਫਿਰ ਕੀ ਹੱਕ, ਕਿਹਨੂੰ ਮਿਲ ਗਿਆ ਹੱਕ? ਇੱਥੇ ਦੇਸ਼ ਚ ਮੁਜ਼ਾਹਰਾ ਕਰਨ ਵਾਲਿਆਂ ਨੂੰ ਤੁਸੀਂ ਬਲੈਕਲਿਸਟ ਕਰੋਗੇ? ਹੁਣ ਕਮਾਲ ਹੋ ਗਈ, ਤੁਹਾਡੇ ਨੇੜੇ ਰਹਿਣ ਵਾਲੇ ਬੰਦੇ ਜਿਹੜੇ ਜਿਹੜੇ ਪ੍ਰੋ ਇੰਡੀਆ ਸੋਚ ਵਾਲੇ ਨੇ ਉਹ ਵੀ ਇਸ ਸੰਘਰਸ਼ ਚ ਨੇ ਸਾਰੇ, ਦਸਤਖਤ ਕਰ ਕਰਕੇ ਚਿੱਠੀਆਂ ਦੇ ਰਹੇ ਨੇ ਉਹ, ਫਿਰ ਉਹਨਾਂ ਨੂੰ ਬਲੈਕਲਿਸਟ ਚ ਪਾਓਗੇ? ਸਰ ਗੁਰਮੁਖ ਸਿੰਘ ਦਿਓਲ ਲਾਈਨ ਨੰਬਰ 2। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਜਿਹੜਾ ਨੋ ਫਲਾਈ ਲਿਸਟ ਹੁਣ ਕੀਤਾ ਇਹਨਾਂ ਨੇ, ਅਸਲ ਦੇ ਵਿੱਚ ਇਹਨੂੰ ਜੇ ਆਪਾਂ ਪਿਛਲੇ ਇਤਿਹਾਸ ਦੇ ਵਾਂਗ ਵੀ ਸਮਝੀਏ ਤਾਂ ਪਹਿਲੇ ਬੰਦਿਆਂ ਨੇ ਵੀ ਕੋਈ ਹਥਿਆਰਬੰਦ ਸੰਘਰਸ਼ ਤੋਂ ਇਲਾਵਾ, ਚਲੋ ਠੀਕ ਹੈ ਉਹ ਸਟੇਟ ਹਰ ਕਰਦੀ ਹੈ, ਪਰ ਦੂਜੇ ਬੰਦਿਆਂ ਨੂੰ ਵੀ ਜਿਹਨਾਂ ਅੱਜ ਤੱਕ ਬਲੈਕ ਲਿਸਟ ਕੀਤਾ ਜਾਂਦਾ ਉਹ ਸਿਰਫ ਇੱਕ ਵੱਖਰੇ ਇੱਕ ਤੁਹਾਡਾ ਇੱਕ ਵੱਖਰੇ ਵਿਚਾਰ ਉਸ ਚੀਜ਼ ਨੂੰ ਨਹੀਂ ਮੰਨਦੇ ਹੋਣ ਕਰਕੇ ਹੀ ਕੀਤਾ ਜਾਂਦਾ। ਉਹਦੇ ਵਿੱਚ ਵੀ ਤਕਰੀਬਨ ਉਦੋਂ ਇੱਦਾਂ ਸੀਗਾ ਫਰਕ ਪਈ, ਸਾਰੀਆਂ ਧਿਰਾਂ ਜਿਹੜੇ ਹੋਣ ਵਾਲੇ ਵੀ ਆ ਇਹ ਵੀ ਉਦੋਂ ਸਟੇਟ ਨਾਲ ਸਹਿਮਤ ਹੁੰਦੇ ਸੀਗੇ, ਜਦਕਿ ਉਹ ਵੀ ਇੱਕ ਪਾਰਟੀ ਵੱਲੋਂ ਹੀ ਕੀਤਾ ਜਾਂਦਾ ਹੁੰਦਾ ਸੀਗਾ, ਬੇਸ਼ੱਕ ਉਹ ਕਾਂਗਰਸ ਹੋਵੇ ਜਾਂ ਕੁਛ। ਅੱਜ ਫਰਕ ਇੰਨਾ ਕੁ ਪੈ ਗਿਆ ਵੀ ਅੱਜ ਇੱਕ ਵੱਖਰੀ ਬੀਜੇਪੀ ਦੀ ਸਰਕਾਰ ਆ ਤੇ ਬਾਕੀ ਸਾਰੇ ਦੂਜੇ ਪਾਸੇ ਆ, ਤਕਰੀਬਨ ਕਹਾਣੀ ਉਹੀ ਆ। ਹੁਣ ਇਹਦੇ ਵਿੱਚ ਇਸ ਤਰ੍ਹਾਂ ਵੀ ਆਪਾਂ ਨੂੰ ਸਮਝਣਾ ਪੈਣਾ ਵੀ ਜਿੱਦਾਂ ਲੱਗਦਾ ਵੀ ਇਹ ਅਸਲ ਚ ਇੱਕ ਪਾਰਟੀ ਹੁੰਦੀ, ਜਦੋਂ ਵੀ ਕੋਈ ਪਾਰਟੀ ਕਾਨੂੰਨ ਬਣਾਉਂਦੀ ਆ ਕਿੱਦਾਂ, ਜਦੋਂ ਉਹਦੇ ਅਗੇਂਸਟ ਮੰਨ ਲਓ ਖੜਦੀ ਆ ਦੁਨੀਆ ਜਾਂ ਲੋਕ ਖੜਦੇ ਆ, ਉਹਨਾਂ ਨੂੰ ਉਹਨਾਂ ਦੇ ਨਾਲ ਹਮੇਸ਼ਾ ਹੀ ਇਸੇ ਤਰ੍ਹਾਂ ਦਾ ਵਰਤਾਰਾ ਹੁੰਦਾ। ਉਹ ਇਕੱਲਾ ਇੰਡੀਆ ਦੇ ਵਿੱਚ ਨਹੀਂ, ਉਹ ਇੱਥੇ ਵੀ ਇੱਦਾਂ ਹੀ ਆ। ਇੱਥੇ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਆਪਾਂ ਨੂੰ ਲੱਗਦਾ ਵੀ ਆਪਾਂ ਇੱਥੇ ਲਿਬਰਲ ਜਾਂ ਹੋਰ ਸਰਕਾਰਾਂ ਸਾਡੇ ਲਈ ਬਹੁਤ ਇੱਕੋ ਜਿਹੇ, ਜਦਕਿ ਇੱਥੋਂ ਸਾਡੇ ਬੰਦਿਆਂ ਨੂੰ ਹੀ ਨੋ ਫਲਾਈ ਲਿਸਟ ਵਿੱਚ ਪਾਇਆ ਹੋਇਆ, ਇੱਥੇ ਲੋਕਲ ਇਹਨਾਂ ਸਰਕਾਰਾਂ ਨੇ ਹੀ। ਮੇਰਾ ਕਹਿਣ ਤੋਂ ਭਾਵ ਵੀ ਉਹ ਬਿਨਾਂ ਕਿਸੇ ਰੀਜਨ ਤੋਂ ਉਹਨਾਂ ਨੂੰ ਨੋ ਫਲਾਈ ਲਿਸਟ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ, ਉਹਦੇ ਬੱਚੇ ਉਹਨਾਂ ਦੇ ਬਾਰਡਰ ਕ੍ਰੋਸ ਨਹੀਂ ਕਰ ਸਕਦੇ, ਜਦਕਿ ਉਹਨਾਂ ਦੇ ਵਿਰੁੱਧ ਕੋਈ ਇੱਦਾਂ ਦਾ ਕੋਈ ਹਥਿਆਰਬੰਦ ਸੰਘਰਸ਼ ਜਾਂ ਕੋਈ ਜਿਹਨਾਂ ਇੰਡੀਅਨ ਸਟੇਟ ਵੀ ਕਹਿੰਦੀ ਹੈ ਮੰਨ ਲਓ ਅੱਤਵਾਦੀ ਹੈ ਜਾਂ ਕੁਛ ਵੀ ਹੈ ਜਿਹਨਾਂ ਨੂੰ ਆਮ ਲੋਕਾਂ ਤੋਂ ਗਲਤ ਪ੍ਰਚਾਰਿਆ ਜਾਂਦਾ, ਉਹ ਮੰਨ ਲਓ ਮੇਰਾ ਕਹਿਣ ਦਾ ਮਤਲਬ ਕੈਨੇਡੀਅਨ ਸਟੇਟ ਜਾਂ ਇੰਡੀਅਨ ਸਟੇਟ ਦਾ ਕੋਈ ਸਾਰਾ ਫਰਕ ਨਹੀਂ ਹੈਗਾ। ਉਹ ਟ੍ਰੀਟ ਆਪਣੀ ਤਰੀਕੇ ਨਾਲ ਇੱਦਾਂ ਹੀ ਆਪਣੇ ਹਿੱਤਾਂ ਨਾਲ ਆਪਣੇ ਹਿੱਤਾਂ ਦੇ ਵਿਰੁੱਧ, ਜਦੋਂ ਇਹਨਾਂ ਲੋਕਾਂ ਨੇ ਇੱਕ ਪਾਰਟੀ ਹੀ ਆਪਣੇ ਆਪ ਨੂੰ ਸਟੇਟ ਸਮਝੀ ਹੁੰਦੀ ਆ, ਇਹ ਇੱਕੋ ਜਿਹਾ ਵਰਤਾਰਾ। ਤੁਸੀਂ ਮੈਂ ਤਾਂ ਗੱਲ ਕਰਦਾ ਵੀ ਆਪਾਂ ਨੂੰ ਉੱਥੇ ਵੀ ਸਰਕਾਰ ਦਾ ਗੱਲ ਕਰ, ਇੱਥੇ ਲਿਬਰਲ ਸਰਕਾਰ ਜਾਂ ਇੱਥੇ ਕੰਜ਼ਰਵੇਟਿਵ ਜਾਂ ਖਾਸ ਕਰਕੇ ਲਿਬਰਲ ਹੁਣ ਲਗਾਤਾਰ ਆ, ਇਹਨਾਂ ਨੇ ਵੀ ਉਹੀ ਕੁਛ ਕੀਤਾ ਆਪਣੇ ਲੋਕਾਂ ਦੇ ਨਾਲ। ਜੇ ਨਹੀਂ ਹੈ ਤਾਂ ਮੈਨੂੰ ਕੋਈ ਉਹਨਾਂ ਦਾ ਸਪੋਰਟਰ ਆ ਕੇ ਦੱਸਦਾ, ਤੁਹਾਨੂੰ ਵੀ ਪਤਾ ਜਿਹੜੇ ਬੰਦਿਆਂ ਨੂੰ ਪਾਇਆ ਹੁਣ ਮੈਨੂੰ ਨਾ ਨੀ ਜਿੰਨੇ ਬੰਦਿਆਂ ਨੂੰ ਪਾਇਆ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨੀ, ਸਿਰਫ ਕਿਉਂਕਿ ਆਪਣੇ ਹਿੱਤਾਂ ਦੀ ਤੁਸੀਂ ਗੱਲ ਕਰਦੇ ਕਰਕੇ। ਇਸ ਕਰਕੇ ਤੇ ਮੇਰੇ ਖਿਆਲ ਨਾਲ ਇਹ ਹੁਣ ਤੁਸੀਂ ਦੇਖ ਲਓ 2020 ਦਾ ਉਹ ਕੋਈ ਹਥਿਆਰਬੰਦ ਲਹਿਰ ਨੀ, ਕੋਈ ਲੈਣਾ ਨੀ ਦੇਣਾ ਨੀ। ਹੁਣ ਇਹੀ ਲੋਕ ਇੱਕ ਪਾਸੇ ਜਿਹੜੇ ਕਿਸਾਨ ਸੰਘਰਸ਼ ਦੀ ਹਿਮਾਇਤ ਕਰਦੇ ਆ, ਇਹ ਮੰਨ ਲਓ ਉਸ ਚੀਜ਼ ਤੇ ਹੈਪੀ ਵੀ ਹੁੰਦੇ ਆ ਵੀ ਜਦੋਂ ਉਹਨਾਂ ਨੂੰ ਫਲਾਈ ਲਿਸਟ ਨੋ ਫਲਾਈ ਲਿਸਟ ਜਾਂ ਆਪਣੇ ਬਲੈਕ ਲਿਸਟ ਚ ਪਾਇਆ ਜਾਂਦਾ ਜਿਹਨਾਂ ਲੋਕਾਂ ਨੂੰ। ਹੁਣ ਜਿਸ ਬੰਦੇ ਦੀ ਅਮੈਰੀਕਨ ਦੀ ਗੱਲ ਕੀਤੀ ਉਹ ਮੰਨ ਲਓ ਮੈਨੂੰ ਜਿੱਥੇ ਤੱਕ ਹੈਗਾ ਪਤਾ ਵੀ ਉਹ ਸੁਰਜੀਤ ਸਿੰਘ ਰੱਖੜਾ ਦਾ ਭਰਾ ਆ, ਜਦਕਿ ਉਹਦਾ ਕੋਈ ਐਡਾ ਕਿਸਾਨ ਸੰਘਰਸ਼ ਦੇ ਨਾਲ ਮੈਨੂੰ ਨੀ ਲੱਗਦਾ ਕੋਈ ਐਡਾ ਲੈਣ ਦੇਣ ਹੋਊਗਾ ਉਹਦਾ। ਜਿੱਥੋਂ ਤੱਕ ਮੈਨੂੰ ਲੱਗਦਾ ਵੀ ਉਹ ਜਿਹੜੀ ਇੱਥੇ ਦੀ ਪੁਲਿਸ ਆ ਉਹਨਾਂ ਦੇ ਮੰਨ ਲਓ ਮੈਨੂੰ ਮੈਂ ਜਿੱਥੇ ਤੱਕ ਸੁਣਿਆ ਵੀ ਉਹਨਾਂ ਦਾ ਜਿਹੜਾ 2 ਨੰਬਰ ਦਾ ਕੰਮ ਆ ਜਾਂ ਧੰਦਾ ਆ ਉਹਨਾਂ ਦੇ ਵਿੱਚ ਉਹਦਾ ਕਾਫੀ ਵੱਡਾ ਰੋਲ ਆ। ਹੋ ਸਕਦਾ ਉਸ, ਮੈਂ ਪੂਰਾ ਨੀ ਸ਼ੋਰ ਨੀ ਹੈਗਾ, ਪਰ ਹੋ ਸਕਦਾ ਉੱਧਰ ਵੀ ਉਸ ਪੰਗੇ ਕਰਕੇ ਉਹਨੂੰ ਇਸ ਗੱਲ ਤੇ ਕੀਤਾ ਹੋਵੇ। ਪਰ ਆਮ ਲੋਕਾਂ ਨੂੰ ਬਿਲਕੁਲ ਨੋ ਡਾਊਟ ਜਿਹੜੀ ਤੁਸੀਂ ਗੱਲ ਕਹੀ ਆ ਬਈ ਇਹ ਜਿਹੜਾ ਤੰਗ ਪਰੇਸ਼ਾਨ ਕਰਕੇ ਇਹ ਇੱਦਾਂ ਹੀ ਕਰਦੀ ਹੁੰਦੀ ਸਟੇਟ, ਇਹ ਕੋਈ ਜ਼ਰੂਰੀ ਨਹੀਂ ਵੀ ਮੋਦੀ ਲੱਗਾ ਕਰਨ, ਇਹ ਪਹਿਲਿਆਂ ਨੇ ਵੀ ਇੱਦਾਂ ਹੀ ਕੀਤੀ ਆ। ਇਹ ਜੇ ਤੁਸੀਂ ਕਰੋਗੇ ਇੱਕ ਪਾਰਟੀ ਹੀ ਆਪਣੇ ਆਪ ਨੂੰ ਸਟੇਟ ਸਮਝਦੀ ਹੁੰਦੀ ਆ, ਤੇ ਮੇਰੇ ਖਿਆਲ ਨਾਲ ਸ਼ਾਇਦ ਮੋਦੀ ਦੇ ਇਸ ਵਰਤਾਰੇ ਦੇ ਨਾਲ ਬਾਕੀ ਜਿਹੜੇ ਹੁਣ ਤੱਕ ਸਿੱਖਾਂ ਦੇ ਵਿਰੋਧ ਵਿੱਚ ਖੜੇ ਰਹੇ ਆ ਇਹਨਾਂ ਨੂੰ ਵੀ ਮਾੜੀ ਮੋਟੀ ਆ ਜਾਵੇ ਵੀ ਹਾਂ ਵੀ ਜਦੋਂ ਦੂਜੇ ਦੇ ਨਾਲ ਹੁੰਦੀ ਆ ਵੀ ਸਾਨੂੰ ਉਦੋਂ ਵੀ ਖੜਨਾ ਚਾਹੀਦਾ ਵੀ ਜੇ ਅਸੀਂ ਨਹੀਂ ਖੜਾਂਗੇ ਕਰਕੇ ਅੱਜ ਸਾਡੇ ਨਾਲ ਇਹ ਕੁਛ ਹੋ ਰਿਹਾ ਆ। ਤੇ ਇਹ ਇਹ ਸਾਰਿਆਂ ਨੂੰ ਆਪਾਂ ਨੂੰ ਇੱਕ ਦੇਸ਼ ਨੂੰ ਕਹਿ ਨਾਲ ਦੇਸ਼ ਨਹੀਂ ਹੋ ਜਾਂਦਾ ਹੁੰਦਾ, ਉਸ ਦੇਸ਼ ਦੇ ਵਿੱਚ ਜਦੋਂ ਸਾਰਿਆਂ ਦੇ ਨਾਲ ਇਹ ਇੱਕੋ ਜਿਹਾ ਵਰਤਾਰਾ ਨਹੀਂ ਹੁੰਦਾ ਫਿਰ ਉਹ ਲੋਕ ਆਟੋਮੈਟਿਕਲੀ ਉਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਖੜਦੇ। ਕਿਸੇ ਲਈ ਕਿਸਾਨੀ ਮਸਲਾ ਅੱਜ ਪੈਦਾ ਹੋਇਆ ਪੰਜਾਬ ਦੇ ਲਈ ਤਾਂ ਇਹ ਮਸਲੇ ਬਹੁਤ ਚਰਕ ਕਈਆਂ ਲਈ 35-40-50 ਸਾਲ 40 ਸਾਲ ਤੋਂ ਲੜ ਰਹੇ ਆ। ਸਾਨੂੰ ਉਹਨਾਂ ਲੋਕਾਂ ਦੇ ਲਈ ਹਿੱਤਾਂ ਵੀ ਧਿਆਨ ਰੱਖਣਾ ਚਾਹੀਦਾ ਵੀ ਉਹਨਾਂ ਨੂੰ ਕਿਉਂ ਬਲੈਕ ਲਿਸਟਾਂ ਵਿੱਚ ਪਾਇਆ ਜਾਂਦਾ, ਅਸੀਂ ਉਹਨਾਂ ਲਈ ਨਹੀਂ ਅੱਜ ਖੜੇ ਤੇ ਅੱਜ ਇਹਨਾਂ ਲਈ ਵੀ ਕਿਸੇ ਨੇ ਨਹੀਂ ਖੜਨਾ। ਇਹ ਵੀ ਮੈਨੂੰ ਪੱਕਾ ਬਤਾਇਆ ਕਿਉਂਕਿ ਆਪਾਂ ਤਾਂ ਆਹ ਦਾ ਨਾਰਾ ਮਾਰਦੇ ਹਾਂ ਵੀ ਨਹੀਂ ਹੋਣਾ ਚਾਹੀਦਾ, ਪਰ ਕਿਉਂਕਿ ਇਹ ਨਹੀਂ ਖੜੇ ਕਰਕੇ ਮੈਜੋਰਿਟੀ ਹੁਣ ਸਿੱਖਾਂ ਦੇ ਜਿਹੜੇ ਵਿਰੋਧ ਵਿੱਚ ਖੜੇ ਰਹੇ ਉਹਨਾਂ ਨੂੰ ਹੁਣ ਪਾਇਆ ਜਾ ਰਿਹਾ, ਜਿਹੜੇ ਪਹਿਲਾਂ ਜਿਹਨਾਂ ਨੂੰ ਕੀਤਾ ਉਹ ਤਾਂ ਪਰਵਾਹ ਪਹਿਲਾਂ ਵੀ ਨਹੀਂ ਕਰਦੇ। ਤੇ ਹੁਣ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਵਰਤਾਰਾ ਮੋਦੀ ਕਰਕੇ ਸ਼ੁਰੂ ਹੋਇਆ ਜਾਂ ਇਹਨਾਂ ਦੀਆਂ ਨਲਾਇਕੀਆਂ ਕਰਕੇ ਸ਼ੁਰੂ ਹੋਇਆ, ਜੋ ਇਹ ਪਹਿਲਾਂ ਇਹ ਮੰਨ ਲਓ ਆਪਣੇ ਪੰਜਾਬ ਜਾਂ ਉਸ ਉਹਨਾਂ ਦੇ ਉਹਨਾਂ ਲੋਕਾਂ ਦੇ ਵਿਰੁੱਧ ਖੜਦੇ ਰਹੇ ਜਿਹੜੇ ਲੋਕ ਸੋਵਰਨਟੀ ਦੀ ਗੱਲ ਕਰਦੇ, ਲੋਕ ਕਹਿੰਦੇ ਵੀ ਸਾਰਿਆਂ ਨੂੰ ਬਰਾਬਰ ਦਾ ਇੱਕੋ ਜਿਹਾ ਅਧਿਕਾਰ ਹੋਣੇ ਚਾਹੀਦੇ ਆ। ਓਕੇ ਜੀ, ਧੰਨਵਾਦ।
थोड़ा समा घट गया मेरे को। धन्यवाद जी। अखीर च कमर गरेवाल के गीत के दो बोल, रब रख।